ਤਾਂ ਗੈਂਗਸਟਰ ਜੈਪਾਲ ਭੁੱਲਰ ਦਾ ਐਨਕਾਊਂਟਰ ਹੋਇਆ ਹੈ ਇਸ ਵੇਲੇ ਦੀ ਸਭ ਤੋਂ ਵੱਡੀ ਖਬਰ ਨਿਊਜ਼ 18 ਪੰਜਾਬ ਹਰਿਆਣਾ ਹਿਮਾਚਲ ਤੇ ਐਕਸਕਲੂਸਿਵ ਖਬਰ ਅਸੀਂ ਦਿਖਾ ਰਹੇ ਹਾਂ ਗੈਂਗਸਟਰ ਜਸਪ੍ਰੀਤ ਜੱਸੀ ਤੇ ਗੈਂਗਸਟਰ ਜੈਪਾਲ ਭੁੱਲਰ ਦੋਨਾਂ ਦਾ ਕੋਲਕਾਤਾ ਦੇ ਵਿੱਚ ਐਨਕਾਊਂਟਰ ਕਰ ਦਿੱਤਾ ਗਿਆ ਹੈ ਓਕੂ ਟੀਮ ਵੱਲੋਂ ਜਿਹੜੀ ਪੰਜਾਬ ਦੀ ਆਰਗੇਨਾਈਜ਼ਡ ਕ੍ਰਾਈਮ ਕੰਟਰੋਲ ਯੂਨਿਟ ਹੈ ਉਹ ਟੀਮ ਲਗਾਤਾਰ ਪਿੱਛਾ ਕਰ ਰਹੀ ਸੀ ਇਹਨਾਂ ਦੋਨਾਂ ਗੈਂਗਸਟਰਾਂ ਦਾ ਔਰ ਉਸ ਦੇ ਨਾਲ ਐਸਟੀਐਫ ਬੰਗਾਲ ਜਿਹੜੀ ਸੀ ਜੁਆਇੰਟ ਆਪਰੇਸ਼ਨ ਦੋਨਾਂ ਵੱਲੋਂ ਕੀਤਾ ਗਿਆ ਔਰ ਦੋਨਾਂ ਨੂੰ ਐਨਕਾਊਂਟਰ ਦੇ ਵਿੱਚ ਟੇਰ ਕਰ ਦਿੱਤਾ ਗਿਆ ਜੈਪਾਲ ਭੁੱਲਰ ਤੇ ਜਸਪ੍ਰੀਤ ਜੱਸੀ ਨੂੰ ਐਕਸਕਲੂਸਿਵ ਤਸਵੀਰਾਂ ਵੀ ਅਸੀਂ ਤੁਹਾਨੂੰ ਨਿਊਜ਼ 18 ਪੰਜਾਬ ਹਰਿਆਣਾ ਹਿਮਾਚਲ ਤੇ ਦਿਖਾਉਂਦੇ ਹਾਂ ਜਿੱਥੇ ਦੋਨਾਂ ਗੈਂਗਸਟਰਸ ਦਾ ਐਨਕਾਊਂਟਰ ਕੀਤਾ ਗਿਆ ਹੈ ਦੋਨਾਂ ਨੂੰ ਐਨਕਾਊਂਟਰ ਦੇ ਵਿੱਚ ਟੇਰ ਕਰ ਦਿੱਤਾ ਗਿਆ ਹੈ ਇਹ ਐਕਸਕਲੂਸਿਵ ਤਸਵੀਰਾਂ ਨਿਊਜ਼ 18 ਪੰਜਾਬ ਹਰਿਆਣਾ ਹਿਮਾਚਲ ਤੇ ਅਸੀਂ ਸਭ ਤੋਂ ਪਹਿਲੀ ਤਸਵੀਰ ਗੈਂਗਸਟਰ ਜੈਪਾਲ ਭੁੱਲਰ ਤੇ ਜਸਪ੍ਰੀਤ ਜੱਸੀ ਦਾ ਐਨਕਾਊਂਟਰ ਕੀਤੇ ਜਾਣ ਤੋਂ ਬਾਅਦ ਤਸਵੀਰ ਦੇ ਵਿੱਚ ਦੇਖਿਆ ਜਾ ਸਕਦਾ ਹੈ ਇੱਕ ਫਲੈਟ ਦੇ ਅੰਦਰ ਦੀਆਂ ਇਹ ਤਸਵੀਰਾਂ ਨੇ ਜਿਸ ਰਹਾਇਸ਼ੀ ਏਰੀਆ ਦੇ ਵਿੱਚ ਇਹ ਐਨਕਾਊਂਟਰ ਹੋਇਆ ਜਿਸ ਫਲੈਟ ਦੇ ਵਿੱਚ ਉਹ ਰਹਿ ਰਹੇ ਸੀ ਪੁਲਿਸ ਨੂੰ ਲੀਡ ਮਿਲੀ ਪੁਲਿਸ ਉੱਥੇ ਪਹੁੰਚੀ ਔਰ ਉਹਨਾਂ ਵੱਲੋਂ ਇਹਨਾਂ ਦੋਨਾਂ ਨੂੰ ਘੇਰ ਲਿਆ ਗਿਆ ਪੁਲਿਸ ਨੇ ਜੋ ਜਾਣਕਾਰੀ ਮਿਲੀ ਉਸਦੇ ਆਧਾਰ ਤੇ ਇਹਨਾਂ ਦੋਨਾਂ ਨੂੰ ਮਾਰ ਮੁਕਾਇਆ ਇਹ ਤਸਵੀਰਾਂ ਨੇ ਜੈਪਾਲ ਭੁੱਲਰ ਤੇ ਉਸਦੇ ਸਾਥੀ ਜਸਪ੍ਰੀਤ ਦੀਆਂ ਇੱਕ ਫਲੈਟ ਦੇ ਅੰਦਰ ਦੀ ਤਸਵੀਰ ਹੈ ਕੋਲਕਾਤਾ ਦੇ ਵਿੱਚ ਇੱਕ ਫਲੈਟ ਦੇ ਅੰਦਰ ਇਹ ਦੋਨੋਂ ਰੁਕੇ ਹੋਏ ਸੀ ਔਰ ਇਹਨਾਂ ਵੱਲੋਂ ਪੁਲਿਸ ਤੇ ਜਵਾਬੀ ਕਾਰਵਾਈ ਕੀਤੀ ਗਈ ਜਿਸ ਫਾਇਰਿੰਗ ਦੇ ਵਿੱਚ ਪੁਲਿਸ ਦਾ ਇੱਕ ਇੰਸਪੈਕਟਰ ਜਿਹੜੇ ਕੋਲਕਾਤਾ ਐਸਟੀਐਫ ਹੈ ਬੰਗਾਲ ਐਸਟੀਐਫ ਹੈ ਉਸਦਾ ਇੱਕ ਇੰਸਪੈਕਟਰ ਜ਼ਖਮੀ ਹੋਇਆ ਪੁਲਿਸ ਨੇ ਅੱਗੋਂ ਜਵਾਬੀ ਫਾਇਰਿੰਗ ਕੀਤੀ ਔਰ ਇਹਨਾਂ ਦੋਨਾਂ ਨੂੰ ਐਨਕਾਊਂਟਰ ਦੇ ਵਿੱਚ ਟੇਰ ਕਰ ਦਿੱਤਾ ਇਹਨਾਂ ਦੋਨਾਂ ਨੂੰ ਮਾਰ ਮੁਕਾਇਆ ਲਗਾਤਾਰ ਪੁਲਿਸ ਪੈੜ ਨੱਪ ਰਹੀ ਸੀ 15 ਮਈ ਦੀ ਜੋ ਘਟਨਾ ਸੀ ਪੰਜਾਬ ਦੇ ਵਿੱਚ 15 ਮਈ ਨੂੰ ਜਦੋਂ ਇਹਨਾਂ ਗੈਂਗਸਟਰਾਂ ਵੱਲੋਂ ਦੋ ਪੁਲਿਸ ਦੇ ਥਾਣੇਦਾਰ ਭਗਵਾਨ ਸਿੰਘ ਤੇ ਦਵਿੰਦਰਪਾਲ ਸਿੰਘ ਉਹਨਾਂ ਦੋਨਾਂ ਦਾ ਕਤਲ ਕਰ ਦਿੱਤਾ ਗਿਆ ਸੀ ਉਹਨਾਂ ਦੋਨਾਂ ਤੇ ਤਾਬੜ ਤੋੜ ਗੋਲੀਆਂ ਵਰਸਾਈਆਂ ਗਈਆਂ ਸੀ ਜਗਰਾਉਂ ਦੇ ਵਿੱਚ ਜਗਰਾਉਂ ਦੀ ਦਾਣਾ ਮੰਡੀ ਦੇ ਵਿੱਚ ਇੱਕ ਟਰੱਕ ਨੂੰ ਰੋਕਿਆ ਗਿਆ ਸੀ ਔਰ ਉਸ ਤੇ ਇਹ ਕਾਰ 'ਚ ਸਵਾਰ ਨਾਲ ਗੈਂਗਸਟਰ ਆ ਰਹੇ ਸੀ ਇਹਨਾਂ ਨੇ ਪੁਲਿਸ ਤੇ ਗੋਲੀਆਂ ਚਲਾ ਦਿੱਤੀਆਂ ਦੋ ASI ਮਾਰੇ ਗਏ ਉਸ ਤੋਂ ਬਾਅਦ ਪੁਲਿਸ ਲਗਾਤਾਰ ਇਹਨਾਂ ਦੀ ਪੈੜ ਨੱਪ ਰਹੀ ਸੀ ਦੋ ਗੈਂਗਸਟਰ ਇਹਨਾਂ ਦੇ ਸਾਥੀ ਬਲਜਿੰਦਰ ਸਿੰਘ ਤੇ ਦਰਸ਼ਨ ਸਿੰਘ ਉਹਨਾਂ ਦੋਨਾਂ ਨੂੰ ਪੁਲਿਸ ਨੇ ਗ੍ਰਿਫਤਾਰ ਕੀਤਾ ਉਸ ਤੋਂ ਬਾਅਦ ਪੁਲਿਸ ਇਹਨਾਂ ਦਾ ਪਿੱਛਾ ਕਰਦੀ ਹੋਈ ਕੋਲਕਾਤਾ ਪਹੁੰਚੀ ਦੱਸ ਦਈਏ ਕਿ ਇੱਕ ਹੋਰ ਅਪਡੇਟ ਇਸ ਦੇ ਵਿੱਚ ਇਹ ਹੈ ਕਿ 6 ਜੂਨ ਨੂੰ ਕੋਲਕਾਤਾ ਪੁਲਿਸ ਨੇ ਦੋ ਵਿਅਕਤੀਆਂ ਨੂੰ ਹਥਿਆਰਾਂ ਸਮੇਤ ਕਾਬੂ ਕੀਤਾ ਸੀ ਉਹਨਾਂ ਤੋਂ ਵੱਡੀ ਮਾਤਰਾ 'ਚ ਹਥਿਆਰ ਰਿਕਵਰ ਹੋਏ ਸੀ ਉਹਨਾਂ ਨੂੰ ਜਦੋਂ ਪੁਲਿਸ ਨੇ ਅਰੈਸਟ ਕਰਕੇ ਉਹਨਾਂ ਤੋਂ ਪੁੱਛਗਿੱਛ ਕੀਤੀ ਤਾਂ ਉਹਨਾਂ ਨੂੰ ਲੀਡ ਮਿਲੀ ਕਿ ਦੋ ਹੋਰ ਜਿਹੜੇ ਸ਼ੱਕੀ ਗੈਂਗਸਟਰ ਨੇ ਉਹ ਕੋਲਕਾਤਾ ਦੇ ਵਿੱਚ ਛਿਪੇ ਹੋਏ ਨੇ ਓਕੂ ਟੀਮ ਪਹਿਲਾਂ ਹੀ ਇਹਨਾਂ ਦਾ ਪਿੱਛਾ ਕਰ ਰਹੀ ਸੀ ਔਰ ਓਕੂ ਟੀਮ ਵੱਲੋਂ ਕੋਲਕਾਤਾ ਐਸਟੀਐਫ ਦੇ ਨਾਲ ਮਿਲ ਕੇ ਅੱਜ ਐਨਕਾਊਂਟਰ ਦੇ ਵਿੱਚ ਇਹਨਾਂ ਦੋਨਾਂ ਨੂੰ ਢੇਰ ਕਰ ਦਿੱਤਾ ਗਿਆ ਦੋ ਮੋਸਟ ਵਾਂਟਡ ਗੈਂਗਸਟਰ ਜੈਪਾਲ ਭੁੱਲਰ ਤੇ ਜਸਪ੍ਰੀਤ ਜੱਸੀ ਜੈਪਾਲ ਭੁੱਲਰ ਉਹ ਨਾਮ ਹੈ ਜਿਹੜਾ ਪੰਜਾਬ ਦੇ ਵਿੱਚ ਪਿਛਲੇ ਕਈ ਸਾਲਾਂ ਤੋਂ ਸਰਗਰਮ ਹੈ ਇਹ ਕੈਟਾਗਰੀ ਦਾ ਗੈਂਗਸਟਰ ਹੈ ਪੁਲਿਸ ਨੇ ਕੈਟਾਗਰੀਜ਼ ਡਿਵਾਈਡ ਕੀਤੀਆਂ ਹੋਈਆਂ ਨੇ ਜੈਪਾਲ ਭੁੱਲਰ ਨੂੰ ਇਹ ਕੈਟਾਗਰੀ 'ਚ ਰੱਖਿਆ ਗਿਆ ਕਿਉਂਕਿ ਜੈਪਾਲ ਭੁੱਲਰ ਤੇ ਪੰਜਾਬ ਹਰਿਆਣਾ ਹਿਮਾਚਲ ਰਾਜਸਥਾਨ ਯੂਪੀ ਦਿੱਲੀ ਇਹਨਾਂ ਸੂਬਿਆਂ ਦੇ ਵਿੱਚ ਕਈ ਸਾਰੇ ਮਾਮਲੇ ਜਿਨ੍ਹਾਂ 'ਚ ਕਤਲ ਫਿਰੌਤੀ ਅਗਵਾ ਇਰਾਦਾ ਕਤਲ ਐਸੇ ਮਾਮਲੇ ਜਿਹੜੇ ਨੇ ਜੈਪਾਲ ਭੁੱਲਰ ਤੇ ਦਰਜ ਸੀ ਸੋ ਇਹਨਾਂ ਮਾਮਲਿਆਂ ਦੇ ਚੱਲਦੇ ਜੈਪਾਲ ਭੁੱਲਰ ਲਗਾਤਾਰ ਫਰਾਰ ਚੱਲਿਆ ਆ ਰਿਹਾ ਸੀ ਪੁਲਿਸ ਤੇ ਬਹੁਤ ਵੱਡੇ ਸਵਾਲ ਇਸ ਨੂੰ ਲੈ ਕੇ ਵੀ ਉੱਠਦੇ ਨੇ ਕਿ ਪੁਲਿਸ ਨੇ ਇੰਨੇ ਸਾਲਾਂ ਦੇ ਵਿੱਚ ਜੈਪਾਲ ਭੁੱਲਰ ਨੂੰ ਪੁਲਿਸ ਲੱਭ ਕਿਉਂ ਨਹੀਂ ਪਾਈ ਹੁਣ ਜੋ ਜਗਰਾਉਂ ਦੇ ਵਿੱਚ ਪੁਲਿਸ ਦੇ ਦੋ ਥਾਣੇਦਾਰਾਂ ਤੇ ਉਸ ਤੋਂ ਬਾਅਦ ਪੁਲਿਸ ਦੀਆਂ ਟੀਮਾਂ ਲਗਾਤਾਰ ਇਹਨਾਂ ਦੀਆਂ ਪਿੱਛਾ ਕਰਦੀਆਂ ਰਹੀਆਂ ਔਰ ਅੱਜ ਪੁਲਿਸ ਟੀਮਾਂ ਵੱਲੋਂ ਇਹਨਾਂ ਦੋਨਾਂ ਦਾ ਐਨਕਾਊਂਟਰ ਦੇ ਵਿੱਚ ਮਾਰ ਗਿਰਾਇਆ ਗਿਆ ਹੈ ਦੋਨੇ ਵੱਡੇ ਗੈਂਗਸਟਰ ਜੈਪਾਲ ਭੁੱਲਰ ਤੇ ਜਸਪ੍ਰੀਤ ਜੱਸੀ ਦੋਨੇ ਮੋਸਟ ਵਾਂਟਡ ਗੈਂਗਸਟਰ ਸੀ ਇਹਨਾਂ ਦੋਨਾਂ ਨੂੰ ਅੱਜ ਪੁਲਿਸ ਨੇ ਐਨਕਾਊਂਟਰ ਦੇ ਵਿੱਚ ਮਾਰ ਗਿਰਾਇਆ ਐਕਸਕਲੂਸਿਵ ਤਸਵੀਰਾਂ ਨੇ ਉਸ ਵੇਲੇ ਦੀਆਂ 3:30 ਵਜੇ ਦਾ ਇਹ ਐਨਕਾਊਂਟਰ ਹੈ 3:30 ਵਜੇ ਕੋਲਕਾਤਾ ਦੇ ਵਿੱਚ ਇਹ ਐਨਕਾਊਂਟਰ ਹੋਇਆ ਇੱਕ ਰਿਹਾਇਸ਼ੀ ਕੰਪਲੈਕਸ ਹੈ ਉਸ ਕੰਪਲੈਕਸ ਦੇ ਫਲੈਟ ਦੇ ਵਿੱਚ ਇਹ ਦੋਨੇ ਉੱਥੇ ਮੌਜੂਦ ਸੀ ਉੱਥੇ ਪੁਲਿਸ ਨੇ ਇਹਨਾਂ ਦੋਨਾਂ ਨੂੰ ਘੇਰ ਲਿਆ ਜਦੋਂ ਇਹਨਾਂ ਨੇ ਫਾਇਰਿੰਗ ਕੀਤੀ ਪੁਲਿਸ ਦੇ ਇੱਕ ਐਸਟੀਐਫ ਦਾ ਜਿਹੜਾ ਬੰਗਾਲ ਐਸਟੀਐਫ ਦਾ ਇੱਕ ਇੰਸਪੈਕਟਰ ਸੀ ਉਹ ਜ਼ਖਮੀ ਹੋਇਆ ਉਸ ਤੋਂ ਬਾਅਦ ਪੁਲਿਸ ਨੇ ਵੀ ਅੱਗੋਂ ਜਵਾਬੀ ਫਾਇਰਿੰਗ ਤਾਬੜ ਤੋੜ ਗੋਲੀਆਂ ਚਲਾਈਆਂ ਔਰ ਇਹਨਾਂ ਦੋਨਾਂ ਨੂੰ ਇਸ ਐਨਕਾਊਂਟਰ ਦੇ ਵਿੱਚ ਟੇਰ ਕਰ ਦਿੱਤਾ ਸੋ ਲਗਾਤਾਰ ਪੁਲਿਸ ਇਹਨਾਂ ਦਾ ਪਿੱਛਾ ਕਰ ਰਹੀ ਸੀ 1 ਮਹੀਨੇ ਦੇ ਕਰੀਬ ਦਾ ਸਮਾਂ ਹੋ ਗਿਆ 15 ਮਈ ਦੀ ਘਟਨਾ ਹੈ ਜਦੋਂ ਦੋਨਾਂ ਪੁਲਿਸ ਦੇ ਥਾਣੇਦਾਰਾਂ ਦਾ ਇਹਨਾਂ ਨੇ ਕਤਲ ਕੀਤਾ ਸੀ ਜਗਰਾਉਂ ਦੇ ਵਿੱਚ ਸਾਡੇ ਸਹਿਯੋਗੀ ਰੋਹਿਤ ਬਾਂਸਲ ਜੁੜੇ ਨੇ ਹੋਰ ਜਾਣਕਾਰੀ ਲਈ ਰੋਹਿਤ ਕੁਝ ਹੋਰ ਅਪਡੇਟ ਨਿਕਲ ਕੇ ਆਈ ਹੈ ਐਕਸਕਲੂਸਿਵ ਤਸਵੀਰਾਂ ਅਸੀਂ ਦਿਖਾ ਰਹੇ ਹਾਂ ਕੋਈ ਵੀਡੀਓ ਫੁਟੇਜ ਕੋਈ ਹੁਣ ਕਿਸ ਤਰੀਕੇ ਦਾ ਉੱਥੇ ਕੀ ਜਿਹੜੀ ਕਾਰਵਾਈ ਹੈ ਕਿਉਂਕਿ ਜਦੋਂ ਐਨਕਾਊਂਟਰ ਹੋ ਜਾਂਦਾ ਕਿਸੇ ਦਾ ਔਰ ਕਿਸੇ ਦੂਸਰੀ ਸਟੇਟ ਦੇ ਵਿੱਚ ਹੋਇਆ ਹੁੰਦਾ ਤਾਂ ਫਿਰ ਪੋਸਟਮਾਰਟਮ ਦੇ ਲਈ ਬਾਡੀਜ਼ ਜਾਂਦੀਆਂ ਨੇ ਉੱਥੇ ਹੀ
मामला भी दर्ज होंदा है लोकल पुलिस स्टेशन दे विच। उस तो बाद फिर अगे बॉडीज़ जिहड़ियां ने वो पुलिस लैके पंजाब आएगी। पूरी जानकारी अपडेट थोड़े तो चाहवांगे। जी बिल्कुल, जेकर गल करी जाए अज के इस एनकाउंटर की, तो पंजाब पुलिस की ओको टीम वालों और बंगाल एसटीएफ वालों सांझा एक ऑपरेशन किया गया सीगा। इस चीज़ की मैं तुम्हें एक पुरानी जानकारी दे देना कि 6 जून नू एसटीएफ की जिहड़ी बंगाल पुलिस हैगी उन्हां वालों कुछ 2 व्यक्तियों अरैसट किया गया सी, जिन्हां दे कोलों काफ़ी वड्डी मात्रा दे विच हथियार जब्त किए गए सी, जिहड़े बिहार के एरिए तो बंगाल लिआंदे जांदे रहे सीगे। तां उस दे उत्ते जदों पुछगिछ की गई, जदों इंटरोगेशन की गई, तो उस दे विच पता लग्या कि उन्हां वालों जिहड़े इस हथियारां दा क्या वो 2 व्यक्तियों नाल जोड़ा जा रहा, और जिहड़े 2 व्यक्तियों की गल की जा रही सी, ये 2 व्यक्ति उही सी जिहड़े पंजाब दे 2 मशहूर गैंगस्टर सी, जिन्हां विच एक जसप्रीत जस्सी और दूसरे की गल करी जाए तो जयपाल भुल्लर सी। उस तो बाद ओको टीम वालों और बंगाल एसटीएफ वालों अज जो शुकरपुर जिहड़ा न्यू टाउन का एरिया, कोलकाता के न्यू टाउन का एरिया शुकरपुर कंपलैक्स है, एक रिहायशी कंपलैक्स हैगा, उस दे उत्ते दबिश की जाती है, रेड मारी जाती है, तो उन्होंने उत्ते एसटीएफ टीम के उत्ते फायरिंग की जाती है इन्हां दोनों गैंगस्टरां वालों। उस तो बाद एसटीएफ वालों जो जवाबी कार्रवाई की जाती है, तो जवाबी कार्रवाई के विच ये दोनों गैंगस्टरां नूं ढेर कर दिता जाता है, इन्हां पंजाब के दोनों गैंगस्टरां नूं ढेर किया जाता है। और वड्डी जानकारी इस वक्त देन जा रहे हैं कि अज 6:30 बजे पंजाब के डीजीपी और दूजे पासे कोलकाता पुलिस वालों एक प्रैस कॉन्फ्रेंस की जा रही है। पंजाब डीजीपी वालों पंजाब के जिहड़ी प्रैस कॉन्फ्रेंस के जरिए जानकारी दी जाएगी। उत्थे ही कुछ देर बाद, हाले तक टाइम कन्फर्म नहीं किया गया, बंगाल पुलिस वालों भी एक जिहड़ी जानकारी है पुलिस की जिहड़ी जानकारी है आम बंदियां दे नाल सांझी की जाएगी। और जेकर गल करिए जिस चीज़ का जिक्र तुसी कर रहे सी कि एसटीएफ वालों एनकाउंटर तो बाद जिहड़ी अगली कार्रवाई है उसनों आरंभ कर दिया गया है, इन्हां दोनों गैंगस्टरां दा जिहड़ा एनकाउंटर करन तो बाद जिहड़ा पोस्टमार्टम है वह किया जाएगा, और पोस्टमार्टम तो बाद जिहड़ी लाशां दी सपुरदगी है वह पंजाब पुलिस नूं की जाएगी, और उस तो बाद जिहड़ी पंजाब पुलिस उन्हां दी परिवारक मैंबर जेकर लाशां लैणा चाहुंदे ने तां उन्हां नूं इह लाशां दित्तियां जाणगियां। इस वक्त मेरे नाल मेरे सहयोगी मनोज राठी जी भी जुड़े हुए हैं, उन्हां नाल गल करांगे। राठी जी, किस तरह देखदे हो अज 2 गैंगस्टर दा एनकाउंटर किया गया है, पंजाब तो ਕਿਹੜੀ ਲੀਡ ਹੈ ਜਿਹੜੀ ਮਿਲ ਰਹੀ ਸੀ ਇਸ ਐਨਕਾਊਂਟਰ ਦੇ ਲਈ? ਦੇਖੋ ਰੋਹਿਤ, ਸਭ ਤੋਂ ਪਹਿਲਾਂ ਜਿਹੜੇ 2 ਗੈਂਗਸਟਰ ਅਰੈਸਟ ਕੀਤੇ ਸੀਗੇ ਜਗਰਾਓ ਮਾਮਲੇ 'ਚ, ਇੱਕ ਦਰਸ਼ਨ ਸਿੰਘ ਅਤੇ ਇੱਕ ਬਲਜਿੰਦਰ ਸਿੰਘ, ਜਿਹੜੇ ਦੋਨੋਂ ਗਵਾਲੀਅਰ ਤੋਂ ਅਰੈਸਟ ਕੀਤੇ, ਬਹੁਤ ਵੱਡੇ ਕਲਿਊ ਜਿਹੜੇ ਹੈਗੇ ਉਹਨਾਂ ਕੋਲੋਂ ਮਿਲੇ ਸੀਗੇ, ਕਿਉਂਕਿ 3-4 ਦਿਨ ਪਹਿਲਾਂ ਓਕੂ ਦੀ ਜਿਹੜੀ ਟੀਮ ਹੈ ਉਹ ਮੋਹਾਲੀ ਉਹਨਾਂ ਨੂੰ ਪੁੱਛਗਿੱਛ ਵਾਸਤੇ ਲੈ ਕੇ ਆਈ ਸੀ। ਇਹ ਜਿਹੜੇ ਵੈਪਨ ਲੈ ਕੇ ਆਉਂਦੇ ਸੀ, ਹੋਰ ਕਈ ਚੀਜ਼ਾਂ ਜਿਹੜੀ ਹੈ ਉਹ ਕਿੱਥੋਂ ਲੈ ਕੇ ਆਉਂਦੇ ਸੀ, ਕਿਉਂਕਿ ਜਗਰਾਓ ਮਰਡਰ ਮਾਮਲੇ ਤੋਂ ਬਾਅਦ ਇਹ ਜਿਹੜੇ 4 ਨੇ, ਜੈਪਾਲ ਭੁੱਲਰ, ਦਰਸ਼ਨ, ਬਲਜਿੰਦਰ ਅਤੇ ਜਸਪ੍ਰੀਤ, ਜਸਪ੍ਰੀਤ ਜੱਸੀ ਜਿਹੜਾ ਹੈ ਉਹ ਖਰੜ ਦਾ ਰਹਿਣ ਵਾਲਾ ਹੈ, ਉਹਦੀ ਵੀ ਵਾਈਫ ਨੂੰ ਸੋਹਾਣਾ ਪੁਲਿਸ ਨੇ ਅਰੈਸਟ ਕੀਤਾ ਸੀਗਾ, ਉਹਦੇ ਕੋਲੋਂ ਵੀ ਕਈ ਕਲੂ ਮਿਲੇ ਸੀਗੇ। ਦਰਸ਼ਨ ਦੀ ਜਿਹੜੀ ਵਾਈਫ ਹੈ ਉਹਨੂੰ ਵੀ ਅਰੈਸਟ ਕੀਤਾ ਸੀਗਾ, ਉਹਦੇ ਕੋਲੋਂ ਵੀ ਕਈ ਕਲੂ ਮਿਲੇ ਸੀਗੇ, ਲੇਕਿਨ ਉਹਨਾਂ ਨੂੰ ਦੋਨਾਂ ਨੂੰ ਜਿਹੜਾ ਗਵਾਲੀਅਰ ਤੋਂ ਜਿਹੜੇ ਅਰੈਸਟ ਕੀਤੇ ਸੀਗੇ ਉਹਨਾਂ ਕੋਲੋਂ ਕਈ ਜਿਹੜੇ ਇਸ ਤਰ੍ਹਾਂ ਦੇ ਕਲੂ ਸੀਗੇ ਰੋਹਿਤ, ਜਿਹਦੇ ਵਿੱਚ ਜੈਪਾਲ ਭੁੱਲਰ ਅਤੇ ਉਹਦੇ ਨਾਲ ਜਿਹੜਾ ਉਹਦਾ ਸਾਥੀ ਹੈ ਜਸਪ੍ਰੀਤ ਜੱਸੀ, ਕਿੱਥੇ ਉਹ ਲੁਕੇ ਹੈ, ਕਿਹਦੇ ਕੋਲ ਉਹਨਾਂ ਨੇ ਪਨਾਹ ਲਿੱਤੀ ਹੈ, ਇਹ ਸਾਰੀ ਜਿਹੜੀ ਚੀਜ਼ਾਂ ਹੈ ਇਹ ਸਾਹਮਣੇ ਆਈ ਸੀਗੀ। ਅਤੇ ਇਸ ਕਰਕੇ ਕਲਿਊ ਜਿਹੜਾ ਹੈ ਰੋਹਿਤ, ਸਭ ਤੋਂ ਵੱਡੀ ਗੱਲ ਹੈ ਕਿ ਜਿਹੜਾ ਸੀਕਰੇਟ ਇਨਫੋਰਮੇਸ਼ਨ ਪੁਲਿਸ ਨੂੰ ਮਿਲੀ ਸੀ, ਇੱਕ ਵੱਡਾ ਕਲਿਊ ਮਿਲਿਆ ਸੀਗਾ ਪੁਲਿਸ ਨੂੰ ਕਿ ਉਹ ਕਲਕੱਤਾ ਜਿਹੜਾ ਉਹ ਕਿਸੇ ਦੇ ਘਰ 'ਚ, ਜਿਹੜਾ ਤੁਸੀਂ ਨਾਂ ਲੈ ਰਹੇ ਹੋ ਸ਼ਕਰਪੁਰ ਕੰਪਲੈਕਸ ਹੈ, ਉਹ ਕਿਸੇ ਦੇ ਘਰ 'ਚ ਪਨਾਹ ਉਹਨਾਂ ਨੇ ਲਿੱਤੀ ਹੋਈ ਸੀ। ਅਤੇ ਐਸਟੀਐਫ ਦੀ ਜਿਹੜੀ ਜੁਆਇੰਟ ਆਪਰੇਸ਼ਨ ਹੋਇਆ ਹੈ, ਵੈਸਟ ਬੰਗਾਲ ਦੀ ਜਿਹੜੀ ਐਸਟੀਐਫ ਦੀ ਟੀਮ ਹੈ ਅਤੇ ਓਕੂ ਦੀ ਜਿਹੜਾ ਔਰਗਨਾਈਜ਼ ਕ੍ਰਾਈਮ ਕੰਟਰੋਲ ਯੂਨਿਟ ਹੈ, ਉਹਨਾਂ ਵੱਲੋਂ ਇੱਕ ਪੂਰੀ ਜਿਹੜੀ ਹੈ ਇੱਕ ਜੁਆਇੰਟ ਆਪਰੇਸ਼ਨ ਕੀਤਾ ਗਿਆ, ਕਿਉਂਕਿ ਇੱਥੋਂ ਦੀ ਜਿਹੜੀ ਪੁਲਿਸ ਹੈ ਉਹਨਾਂ ਨੇ ਸਾਰਾ ਸੰਪਰਕ ਕੀਤਾ ਕਿ ਇਹ ਲੋਕੇਸ਼ਨ ਹੈ ਜੈਪਾਲ ਭੁੱਲਰ, ਕਿਉਂਕਿ ਰੋਹਿਤ ਉਹ ਜਿਹੜਾ ਹੁਲੀਆ ਉਹ ਲਗਾਤਾਰ ਬਦਲ ਰਿਹਾ ਸੀਗਾ, ਕਦੇ ਟਰਬਨ ਪਹਿਨ ਕੇ ਕਦੇ ਕਲੀਨ ਸ਼ੇਵ ਹੋ ਕੇ ਉਹ ਸਾਰੀ ਜਿਹੜੀ ਚੀਜ਼ਾਂ ਉਹ ਕਰ ਰਿਹਾ ਸੀਗਾ। ਜਦ ਇਹ ਇਨਕਾਊਂਟਰ ਹੋਇਆ ਉਸ ਟਾਈਮ ਵੀ ਜਿਹੜਾ ਜੈਪਾਲ ਭੁੱਲਰ ਨੇ ਆਪਣਾ ਪੂਰਾ ਜਿਹੜਾ ਹੁਲੀਆ ਹੈ ਉਹ ਬਦਲਿਆ ਹੋਇਆ ਸੀਗਾ। ਸਭ ਤੋਂ ਵੱਡੀ ਗੱਲ ਜਿਹੜਾ ਹੁਣ ਪੁਲਿਸ ਕੋਲ ਕਲਿਊ ਸੀਗਾ, ਕਿਉਂਕਿ ਇਹ ਵੀ ਸਾਹਮਣੇ ਆ ਰਹੀ ਹੈ ਕਿ 3-4 ਦਿਨ ਪਹਿਲਾਂ ਜਿਹੜੀ ਰੈਕੀ ਹੋਈ ਹੈ ਐਸਟੀਐਫ ਦੀ ਟੀਮ ਨਾਲ, ਜਿਹੜੀ ਐਸਟੀਐਫ ਦੀ ਉੱਥੇ ਦੀ ਟੀਮ ਹੈ ਉਹਨਾਂ ਨਾਲ ਪੂਰੀ ਰੈਕੀ ਹੋਈ ਹੈ, ਅਤੇ ਇੱਕ ਸ਼ਕਰਪੁਰ ਜਿਹੜਾ ਕੰਪਲੈਕਸ ਦੀ ਤੁਸੀਂ ਗੱਲ ਕਰ ਰਹੇ ਹੋ ਉੱਥੇ ਪੂਰੀ ਰੈਕੀ ਕੀਤੀ ਗਈ ਹੈ। ਜੈਪਾਲ ਭੁੱਲਰ ਸਮੇਤ ਜਿਹੜਾ ਜਸਪ੍ਰੀਤ ਜੱਸੀ ਹੈ ਅਤੇ ਇੱਕ ਮੁੰਡਾ ਹੋਰ ਇਹ ਜਿਹਨੇ ਉਹਨੂੰ ਪਨਾਹ ਦਿੱਤੀ ਸੀਗੀ ਉਹਨਾਂ ਦਾ ਹੀ ਸਾਥੀ ਹੈ ਜਿਹੜਾ ਉਹਨਾਂ ਨੂੰ ਵੈਪਨ ਜਿਹੜਾ ਹੈ ਉਹ ਪ੍ਰੋਵਾਈਡ ਕਰਦਾ ਸੀਗਾ, ਜਿਹੜੀ ਹੁਣ ਤੱਕ ਦੀ ਇਨਫੋਰਮੇਸ਼ਨ ਆ ਰਹੀ ਹੈ ਪੱਕੀ ਇਨਫੋਰਮੇਸ਼ਨ ਕਿ ਉਹਨਾਂ ਨੂੰ ਪੂਰਾ ਸਪੋਰਟ ਕਰ ਰਿਹਾ ਸੀਗਾ ਕਾਫੀ ਦਿਨਾਂ ਤੋਂ ਜਗਰਾਓ। ਬੰਗਾਲ ਪੁਲਿਸ ਦੀ ਮਨੋਜ ਗੱਲ ਕਰੀਏ ਤਾਂ ਬੰਗਾਲ ਪੁਲਿਸ ਨੂੰ ਵੀ ਪਿਛਲੇ ਦਿਨਾਂ ਦੇ ਵਿੱਚ ਜਿਸ ਦਾ ਜ਼ਿਕਰ ਮੈਂ ਪਹਿਲਾਂ ਕਰਕੇ ਹਟਿਆ ਕਿ 6 ਜੂਨ ਨੂੰ ਬੰਗਾਲ ਪੁਲਿਸ ਵੱਲੋਂ 2 ਵਿਅਕਤੀਆਂ ਨੂੰ ਅਰੈਸਟ ਕੀਤਾ ਜਾਂਦਾ, ਉਹਨਾਂ ਕੋਲੋਂ ਹਥਿਆਰ ਪਾਏ ਜਾਂਦੇ ਨੇ, ਔਰ ਉਹਨਾਂ ਦੀ ਜਦੋਂ ਇੰਟੈਰੋਗੇਸ਼ਨ ਕੀਤੀ ਜਾਂਦੀ ਹੈ ਤਾਂ ਉਸ ਦੇ ਵਿੱਚ ਇਹ ਸੱਚ ਸਾਹਮਣੇ ਆਉਂਦਾ ਕਿ 2 ਵਿਅਕਤੀ ਸ਼ਕਰਪੁਰ ਕੰਪਲੈਕਸ ਦੇ ਵਿੱਚ ਰਹੇ ਹੋਏ ਨੇ, ਉਹਨਾਂ ਦਾ ਇਹਨਾਂ ਹਥਿਆਰਾਂ ਦੇ ਨਾਲ ਕੁਝ ਲਿੰਕ ਹੈ। ਔਰ ਦੂਜੀ ਚੀਜ਼ ਜਿਸ ਦਾ ਜ਼ਿਕਰ ਤੁਸੀਂ ਕਰ ਰਹੇ ਹੋ ਕਿ ਓਕੂ ਵੱਲੋਂ ਜਦੋਂ ਮੋਹਾਲੀ ਦੇ ਵਿੱਚ ਪੁੱਛਤਾਛ ਕੀਤੀ ਜਾਂਦੀ ਹੈ ਤਾਂ ਉਸ ਤੋਂ ਬਾਅਦ ਇੱਕ ਕਲਿਊ ਉਹਨਾਂ ਨੂੰ ਵੀ ਮਿਲਦਾ ਕਿ ਕੁਝ ਜਿਹੜੇ ਦੋਸ਼ੀ ਨੇ ਉਹ ਕੋਲਕਾਤਾ ਦੇ ਵਿੱਚ ਛੁਪੇ ਹੋਏ ਨੇ, ਤਾਂ ਉਸ ਤੋਂ ਬਾਅਦ ਇੱਕ ਸਾਂਝਾ ਆਪਰੇਸ਼ਨ ਕੀਤਾ ਜਾਂਦਾ। ਦੇਖੋ ਇਹ ਪੂਰਾ ਸਾਂਝਾ ਆਪਰੇਸ਼ਨ ਕੀਤਾ, ਜੁਆਇੰਟ ਆਪਰੇਸ਼ਨ ਇੱਕ ਬਹੁਤ ਵੱਡੀ ਅਸੀਂ ਕਹਿ ਸਕਦੇ ਕਾਮਯਾਬੀ, ਕਿਉਂਕਿ ਜੈਪਾਲ
ਭੁੱਲਰ ਜਿਹੜਾ ਹੈਗਾ ਉਹ ਇੱਕ ਇਹ ਕੈਟੇਗਰੀ ਦਾ ਗੈਂਗਸਟਰ ਹੈ। ਜੈਪਾਲ ਭੁੱਲਰ ਦੀ ਅਸੀਂ ਜੇ ਹਿਸਟਰੀ ਦੇਖੀਏ ਤੇ ਲਗਾਤਾਰ ਜਿਹੜੇ ਰੋਬਰੀ ਦੇ ਅਟੈਂਪਟ ਟੂ ਮਰਡਰ, ਮਰਡਰ ਡਕੈਤੀ, ਪ੍ਰੋਟੈਕਸ਼ਨ ਮਨੀ, ਕਈ ਇਸ ਤਰ੍ਹਾਂ ਦੇ ਜਿਹੜੇ ਮਾਮਲੇ ਉਹ ਦਰਜ ਹੈ ਪੰਜਾਬ ਦੇ ਨਾਲ ਨਾਲ ਹਰਿਆਣਾ ਹੋਰ ਰਾਜਸਥਾਨ ਤੌਰ ਤੇ ਹਿਮਾਚਲ ਦਾ ਜ਼ਿਕਰ ਕਰ ਲੈਣੇ ਕਿ ਰੌਕੀ ਫਾਜ਼ਿਲਕਾ ਦੇ ਜਿਹੜੇ ਮਰਡਰ ਕਰਨ ਦਾ ਇਲਜ਼ਾਮ ਹੈਗਾ ਉਹ ਵੀ ਇਸ ਤੇ ਆਉਂਦਾ ਹੈਗਾ। ਇਸ ਤੋਂ ਇਲਾਵਾ ਸੁੱਖਾ ਕਾਲਮਾ ਦੇ ਮਰਡਰ ਦਾ ਇਲਜ਼ਾਮ ਵੀ ਇਸ ਤੇ ਆਉਂਦਾ। ਤੁਹਾਨੂੰ ਯਾਦ ਹੈ ਰਾਜਸਥਾਨ ਵਿੱਚ ਵੀ ਇੱਕ ਇਨਕਾਊਂਟਰ ਹੋਇਆ ਸੀਗਾ ਵਿੱਕੀ ਗਾਉਂਡਰ ਦਾ, ਤੇ ਉਹੀ ਸੇਮ ਚੀਜ਼ ਕਿਉਂਕਿ ਜਿਹੜੀ ਓਕੂ ਦੀ ਟੀਮ ਹੈ, ਕਿਉਂਕਿ ਇੱਕ ਵੱਡੀ ਗੱਲ ਹੋ ਜਾਂਦੀ ਹੈ ਕਿ ਜਿਹੜੇ ਦੋ ਪੁਲਿਸ ਮੁਲਾਜ਼ਮ ਹੈ, ਸੀ ਆਈ ਇੰਸਪੈਕਟਰ, ਜਿਹੜੇ ਦੋ ਪੁਲਿਸ ਮੁਲਾਜ਼ਮ ਮਾਰੇ ਗਏ ਸੀ, ਉਹਨਾਂ ਦਾ ਮਰਡਰ ਹੋਇਆ ਸੀਗਾ ਜਗਰਾਓਂ ਵਿੱਚ, ਜਿਹੜੀ ਮਰਡਰ ਹੋਇਆ ਸੀਗਾ ਉਹਦੇ ਵਿੱਚ ਪੁਲਿਸ ਤੇ ਵੀ ਇੱਕ ਸਵਾਲੀਆ ਨਿਸ਼ਾਨ ਜਿਹੜਾ ਹੈ ਉਹ ਖੜਦਾ ਹੈ ਕਿ ਆਖਿਰ ਪੁਲਿਸ ਨੂੰ ਵੀ ਇਸ ਤਰ੍ਹਾਂ ਜਿਹੜੇ ਗੈਂਗਸਟਰ ਹੈ, ਇਸ ਤਰ੍ਹਾਂ ਦੇ ਗੈਂਗਸਟਰ ਹੈ ਉਹ ਮਾਰ ਕੇ ਉਹਨਾਂ ਦਾ ਮਰਡਰ ਕਰਕੇ ਆਰਾਮ ਨਾਲ ਘੁੰਮ ਜਾਂਦੇ। ਲੇਕਿਨ ਸਭ ਤੋਂ ਵੱਡੀ ਗੱਲ ਹੈ ਹੁਣ ਪੁਲਿਸ ਨੇ ਇੱਕ ਪੂਰੀ ਸੀਕ੍ਰੈਟ ਇਨਫੋਰਮੇਸ਼ਨ ਤੇ ਪਹਿਲੇ ਜਿਹੜੇ ਦੋ ਉਹਨਾਂ ਦੇ ਸਾਥੀ ਅਰੈਸਟ ਕੀਤੇ, ਉਸ ਤੋਂ ਬਾਅਦ ਉਹਨਾਂ ਤੋਂ ਕਈ ਕਲਿਊਜ਼ ਮਿਲੇ। ਰੋਹਿਤ, ਬਾਰ ਬਾਰ ਇਹ ਗੱਲ ਇਸ ਕਰਕੇ ਅਸੀਂ ਕਹਿ ਰਹੇ ਹਾਂ ਕਿਉਂਕਿ ਪੁਲਿਸ ਅੱਗੇ ਅੱਗੇ ਕਿਸ ਤਰ੍ਹਾਂ ਉਹਨਾਂ ਕੋਲੋਂ ਪਹੁੰਚੀ ਹੈ। ਸਭ ਤੋਂ ਵੱਡੀ ਗੱਲ ਹੈ ਜਿਹੜੀ ਵੈਪਨ ਦੀ ਤੁਸੀਂ ਗੱਲ ਕੀਤੀ ਹੈ, 6 ਤਰੀਕ ਨੂੰ ਇਹ ਜਿਹੜੀ STF ਟੀਮ ਹੈ ਵੈਸਟ ਬੰਗਾਲ ਦੀ, ਉਹਨਾਂ ਨੂੰ ਇੱਕ ਵੱਡੀ ਕਾਮਯਾਬੀ ਮਿਲੀ ਸੀ ਜਿਹਦੇ ਵਿੱਚ ਵੈਪਨ ਜਿਹੜੇ ਸਪਲਾਈ ਹੋ ਰਹੇ ਸੀਗੇ ਕਿੱਥੋਂ ਸਪਲਾਈ ਹੋ ਰਹੀ ਸੀ, UP ਦਾ ਵੀ ਇਹਦੇ ਵਿੱਚ ਨਾਂ ਆਇਆ। ਬਿਹਾਰ ਦੇ ਇੱਕ ਏਰੀਆ ਦੱਸਿਆ ਜਾਂਦਾ, ਬਿਹਾਰ ਦੇ ਇੱਕ ਏਰੀਏ ਤੋਂ ਜਿਹੜੇ ਵੈਪਨ ਨੇ ਉਹ ਬੰਗਾਲ ਲਿਆਂਦੇ ਜਾਂਦੇ ਰਹੇ ਸੀ, ਉਸ ਤੋਂ ਬਾਅਦ ਉਹਨਾਂ ਦੀ ਇੰਟਰੋਗੇਸ਼ਨ ਕੀਤੀ ਜਾਂਦੀ, ਉਸ ਦੇ ਵਿੱਚ ਸਾਹਮਣੇ ਆ ਰਿਹਾ। ਬਿਲਕੁਲ, ਇਹਦੇ ਵਿੱਚ ਇੱਕ ਗੱਲ ਹੋਰ ਹੈ ਰੋਹਿਤ, ਕਿ ਜਿਹੜਾ ਜੈਪਾਲ ਭੁੱਲਰ ਹੈ ਅਤੇ ਜਸਪ੍ਰੀਤ ਜੱਸੀ ਖਰੜ ਦਾ ਰਹਿਣ ਵਾਲਾ ਹੈ, ਮੋਹਾਲੀ ਜ਼ਿਲ੍ਹੇ ਦਾ, ਇਹਦੀ ਵਾਈਫ ਨੂੰ ਵੀ ਮੋਹਾਲੀ ਪੁਲਿਸ ਨੇ, ਸੋਹਾਣਾ ਪੁਲਿਸ ਨੇ ਅਰੈਸਟ ਕੀਤਾ ਸੀਗਾ ਅਤੇ ਉਹਦੇ ਕੋਲ ਵੀ ਕਈ ਜਿਹੜੇ ਕਲਿਊਜ਼ ਹੈ ਉਹ ਮਿਲੇ ਸੀ। ਲੇਕਿਨ ਸਭ ਤੋਂ ਵੱਡੀ ਗੱਲ ਇਹਦੇ ਵਿੱਚ ਰੋਹਿਤ ਇਹ ਹੈ ਕਿ ਇੱਕ ਵੱਡੀ ਕਾਮਯਾਬੀ, ਜਿਹੜਾ ਜੁਆਇੰਟ ਆਪਰੇਸ਼ਨ ਹੋਇਆ, ਜਿਹੜਾ ਇਨਕਾਊਂਟਰ ਹੋਇਆ, ਉਹਦੇ ਵਿੱਚ ਇੱਕ ਗੱਲ ਹੋਰ ਨਿਕਲ ਕੇ ਸਾਹਮਣੇ ਆਈ ਹੈ ਕਿ ਜੈਪਾਲ ਭੁੱਲਰ ਜਿਹੜੇ ਹੋਰ ਉਹਦੇ ਸਾਥੀ ਸੀਗੇ ਉਹਨਾਂ ਵੱਲੋਂ ਵੀ ਪੁਲਿਸ ਨੂੰ ਫਾਇਰਿੰਗ ਕੀਤੀ ਗਈ ਹੈ। ਯਾਨੀ ਕਿ ਪਹਿਲਾਂ ਫਾਇਰਿੰਗ ਹੋਈ ਹੈ। ਮੈਂ ਰਾਠੀ 2 ਮਿੰਟ ਰੋਕਣਾ ਚਾਹਾਂਗਾ, ਮੈਂ ਆਪਣੇ ਕੈਮਰਾਮੈਨ ਨੂੰ ਕਹਾਂਗਾ ਕਿ ਜੇ ਇਹ ਵੀਡੀਓ ਤੁਸੀਂ ਇਸ ਦਿਖਾ ਸਕੋ ਆਪਣੇ ਕੈਮਰੇ ਦੇ ਨਾਲ, ਉਸ ਸਮੇਂ ਦੀ ਵੀਡੀਓ ਹੈ ਜਿਸ ਸਮੇਂ ਪੂਰਾ ਆਪਰੇਸ਼ਨ ਚੱਲ ਰਿਹਾ ਸੀਗਾ। ਐਕਸਕਲੂਸਿਵ ਤਸਵੀਰਾਂ ਤੁਸੀਂ ਦੇਖ ਸਕਦੇ ਹੋਗੇ, ਜਿਹੜਾ ਇਹ ਤੁਸੀਂ ਦੇਖ ਸਕਦੇ ਹੋ ਕਿ ਜਿਹੜੀਆਂ ਇਹ ਤੁਹਾਨੂੰ ਵੀਡੀਓ ਨਜ਼ਰ ਆ ਰਹੀ ਹੈ, ਬਿਲਕੁਲ ਉਸੇ ਟਾਈਮ ਦੀ ਵੀਡੀਓ ਹੈ, ਸ਼ਕਰਪੁਰ ਕੰਪਲੈਕਸ ਬੰਗਾਲ ਕਲਕੱਤਾ ਦੀ ਇਹ ਵੀਡੀਓ, ਨਿਊਜ਼ 18 ਪੰਜਾਬ 'ਤੇ ਸਭ ਤੋਂ ਪਹਿਲਾਂ ਐਕਸਕਲੂਸਿਵ ਤਸਵੀਰਾਂ, ਐਕਸਕਲੂਸਿਵ ਵੀਡੀਓ ਤੁਹਾਡੇ ਤੱਕ ਪਹੁੰਚਾ ਰਹੇ ਹਾਂ। ਉਹੀ ਵੀਡੀਓ ਹੈ ਇਹ ਜਿਹੜੀ ਜਿਸ ਸਮੇਂ ਇਨਕਾਊਂਟਰ ਚੱਲ ਰਿਹਾ ਸੀ, ਤੁਸੀਂ ਦੇਖ ਸਕਦੇ ਹੋ ਕਿ ਇੱਕ ਕੰਪਲੈਕਸ ਦੀਆਂ ਤਸਵੀਰਾਂ ਨਜ਼ਰ ਆ ਰਹੀਆਂ ਨੇ, ਜਿਸ ਤਰ੍ਹਾਂ ਆਪਾਂ ਦੇਖਦੇ ਹਾਂ ਕਿ ਕੁਝ ਫਲੈਟ ਨਜ਼ਰ ਆ ਰਹੇ ਨੇ ਔਰ ਪੁਲਿਸ ਵਾਲੇ ਭੱਜ ਦੌੜ, ਪੁਲਿਸ ਦੇ ਕੁਝ ਜਵਾਨਾਂ ਦੀ ਭੱਜ ਦੌੜ ਇਸ ਵੀਡੀਓ ਦੇ ਵਿੱਚ ਤੁਹਾਨੂੰ ਨਜ਼ਰ ਆ ਰਹੀ ਹੋਏਗੀ। ਜਿਸ ਸਮੇਂ ਇਨਕਾਊਂਟਰ ਕੀਤਾ ਜਾ ਰਿਹਾ ਸੀ, ਬਿਲਕੁਲ ਉਸੇ ਸਮੇਂ ਦੀਆਂ ਇਹ ਤਸਵੀਰਾਂ ਨੇ, ਐਕਸਕਲੂਸਿਵ ਤਸਵੀਰਾਂ ਨਿਊਜ਼ 18 ਪੰਜਾਬ 'ਤੇ ਤੁਹਾਡੇ ਸਾਹਮਣੇ। ਸਭ ਤੋਂ ਪਹਿਲਾਂ ਇਹ ਤਸਵੀਰਾਂ ਵਿਜੇ ਜਿਹੜੀਆਂ ਤੁਸੀਂ ਦੇਖ ਪਾ ਰਹੇ ਹੋ ਕਿ ਇੱਕ ਜਿਹੜਾ ਪੁਲਿਸ ਦਾ ਜਵਾਨ ਹੈਗਾ ਉਹ ਤੁਹਾਨੂੰ ਭੱਜਦਾ ਨਜ਼ਰ ਆ ਰਿਹਾ ਹੋਏਗਾ ਔਰ ਪੁਲਿਸ ਦੀਆਂ ਜਿਹੜੀਆਂ ਗੱਡੀਆਂ ਹੈਗੀਆਂ ਇਸ ਵੀਡੀਓ ਦੇ ਵਿੱਚ ਤੁਹਾਨੂੰ ਚੱਲਦੀਆਂ ਨਜ਼ਰ ਆ ਰਹੀਆਂ। ਇਨਕਾਊਂਟਰ ਦੇ ਸਮੇਂ ਦੀ ਸਭ ਤੋਂ ਪਹਿਲੀ ਵੀਡੀਓ, ਸਭ ਤੋਂ ਅਹਿਮ ਔਰ ਸਭ ਤੋਂ ਪਹਿਲੀ ਐਕਸਕਲੂਸਿਵ ਵੀਡੀਓ ਨਿਊਜ਼ 18 ਪੰਜਾਬ 'ਤੇ ਤੁਹਾਡੇ ਤੱਕ ਪਹੁੰਚਾ ਰਹੇ ਹਾਂ। ਜਿਹੜੀਆਂ ਪਹਿਲਾਂ ਤਸਵੀਰਾਂ ਸੀ, ਸਭ ਤੋਂ ਪਹਿਲਾਂ ਜੈਪਾਲ ਦੀ ਮੌਤ ਦੀ ਖਬਰ ਵੀ ਨਿਊਜ਼ 18 ਪੰਜਾਬ ਦੇ ਜ਼ਰੀਏ ਤੁਹਾਡੇ ਤੱਕ ਪਹੁੰਚਾਈ ਸੀ ਔਰ ਇਸ ਵਕਤ ਜਿਹੜੀ ਤੁਸੀਂ ਤਸਵੀਰਾਂ ਦੇਖ ਪਾ ਰਹੇ ਹੋ, ਇਸ ਵਕਤ ਦੀਆਂ ਜਿਹੜੀਆਂ ਤਸਵੀਰਾਂ ਸੀ, ਇੱਕ ਵਾਰ ਫਿਰ ਅਸੀਂ ਉਹ ਤਸਵੀਰਾਂ ਦਿਖਾ ਦਿੰਦੇ ਹਾਂ ਕਿ ਜਿਹੜੀਆਂ ਤਸਵੀਰਾਂ ਤੁਸੀਂ ਦੇਖ ਪਾ ਰਹੇ ਹੋ ਇਹ ਉਸ ਸਮੇਂ ਦੀਆਂ ਤਸਵੀਰਾਂ ਨੇ ਜਿਹੜੀਆਂ ਕਲਕੱਤੇ ਦੇ ਵਿੱਚ ਜਿਸ ਸਮੇਂ ਸ਼ਕਰਪੁਰ ਕੰਪਲੈਕਸ ਦੇ ਵਿੱਚ ਇਨਕਾਊਂਟਰ ਕੀਤਾ ਜਾ ਰਿਹਾ ਸੀ। ਪੁਲਿਸ ਦੇ ਜਵਾਨ ਤੁਹਾਨੂੰ ਭੱਜਦੇ ਨਜ਼ਰ ਆ ਰਹੇ ਨੇਗੇ, ਪੁਲਿਸ ਦੀਆਂ ਗੱਡੀਆਂ ਤੁਹਾਨੂੰ ਨਜ਼ਰ ਆ ਰਹੀਆਂ ਨੇ, ਮੂਵਮੈਂਟ ਦੀਆਂ ਤਸਵੀਰਾਂ ਨੇ, ਬੇਹੱਦ ਅਹਿਮ ਤਸਵੀਰਾਂ। ਜੀ ਮਨੋਜ, ਕੀ ਕਹਿਣਾ ਚਾਹੋਗੇ? ਰੋਹਿਤ, ਇਹ ਸੇਮ ਜੁਆਇੰਟ ਆਪਰੇਸ਼ਨ ਹੋਇਆ ਸ਼ਕਰਪੁਰ ਦੀ, ਜਿਹੜੀ ਤੁਸੀਂ ਤਸਵੀਰਾਂ ਐਕਸਕਲੂਸਿਵ ਤਸਵੀਰਾਂ ਤੁਸੀਂ ਨਿਊਜ਼ 18 ਤੇ ਦੇਖੀ, ਇਹ ਸਾਰਾ ਇੱਕ ਕੰਪਲੈਕਸ ਏਰੀਆ, ਯਾਨੀ ਕਿ ਇੱਕ ਸੋਸਾਇਟੀ ਹੈ। ਰੋਹਿਤ, ਹੁਣ ਤੱਕ ਦੀ ਜਿਹੜੀ ਇਨਫੋਰਮੇਸ਼ਨ ਸਾਨੂੰ ਮਿਲ ਰਹੀ ਹੈ, ਜਿਹੜੀ ਫੁਟੇਜ ਸਾਡੇ ਕੋਲ ਆਈ ਹੈ, ਇਹ ਪੂਰੀ ਸੋਸਾਇਟੀ ਹੈ ਜਿਹਦੇ ਵਿੱਚ ਰੈਂਟ ਤੇ ਰਹਿ ਰਹੇ ਸੀਗੇ 3-4 ਮੁੰਡੇ, ਤੇ 3-4 ਜਿਹੜੇ ਮੁੰਡੇ ਕੌਣ ਨੇ? ਜੈਪਾਲ ਭੁੱਲਰ ਨੂੰ ਪਨਾਹ ਦੇਣ ਵਾਲੇ ਮੁੰਡੇ ਕੌਣ ਨੇ? ਤੇ ਸਰਸਪ੍ਰੀਤ ਜੱਸੀ, ਜਿਹੜੇ ਦੋ ਗੈਂਗਸਟਰ ਨੇ ਨਾਮੀ ਮੋਸਟ ਵਾਂਟਿਡ, ਜਿਨ੍ਹਾਂ 'ਤੇ ਲੱਖਾਂ ਦਾ ਇਨਾਮ ਰੱਖਿਆ ਗਿਆ ਸੀਗਾ, ਇਹ ਵਾਂਟਿਡ ਜਿਹੜੇ ਹੈ ਇਸ ਸੋਸਾਇਟੀ 'ਚ ਰਹਿ ਰਹੇ ਸੀਗੇ। ਸ਼ਕਰਪੁਰ 'ਚ ਇੱਕ ਕੰਪਲੈਕਸ ਹੈ ਜਿਹੜੇ ਤੁਸੀਂ ਤਸਵੀਰਾਂ, ਐਕਸਕਲੂਸਿਵ ਤਸਵੀਰਾਂ ਅਸੀਂ ਦੇਖ ਰਹੇ ਹਾਂ, ਜਿੱਥੇ ਪੂਰਾ ਇੱਕ ਇਨਫੋਰਮੇਸ਼ਨ ਸੀਗੀ ਔਰਗਨਾਈਜ਼ ਕ੍ਰਾਈਮ ਕੰਟਰੋਲ ਯੂਨਿਟ ਨੂੰ, ਅਤੇ ਉਹ ਸਾਂਝੀ ਜਿਹੜੀ ਹੈ ਉਹ ਕੀਤੀ ਗਈ ਵੈਸਟ ਬੰਗਾਲ ਦੀ ਪੁਲਿਸ ਨਾਲ, SDF ਦੀ ਪੁਲਿਸ ਨਾਲ ਉਹ ਸਾਂਝੀ ਕੀਤੀ ਗਈ ਔਰ ਇਹ ਜਿਹੜੀ ਹਾਊਸਿੰਗ, ਇਹ ਸਾਰੀ ਸੋਸਾਇਟੀ ਹੈ, ਸੋਸਾਇਟੀ ਦੇ 2nd ਫਲੋਰ 'ਤੇ ਇਸ ਇਹ ਰਹਿ ਰਹੇ ਸੀਗੇ। ਅਤੇ ਇਹ ਜੈਪਾਲ ਭੁੱਲਰ ਜਿਹੜੀ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ, ਇਹਦੇ ਵਿੱਚ ਇੱਕ ਹੋਰ ਇਨਫੋਰਮੇਸ਼ਨ ਹੈ ਰੋਹਿਤ, ਕਿ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਜਿਹੜਾ ਜਗਰਾਓਂ ਹੋਇਆ, ਉਸ ਤੋਂ ਬਾਅਦ ਇਹ ਸਿੱਧਾ ਕਲਕੱਤਾ ਨਹੀਂ ਗਏ, ਇਹ ਉਸ ਤੋਂ ਪਹਿਲਾਂ ਗਵਾਲੀਅਰ ਵੀ ਰਹੇ ਨੇ, UP ਦੇ ਕਿਸੇ ਹੋਰ ਥਾਂ ਵੀ ਰਹੇ ਨੇ, ਉਸ ਤੋਂ ਬਾਅਦ ਇਹ ਕਲਕੱਤਾ ਜਿਹੜਾ ਜੈਪਾਲ ਭੁੱਲਰ ਹੈ ਉਹ ਪੂਰਾ ਹੁਲੀਆ ਬਦਲਣ ਤੋਂ ਬਾਅਦ ਇਹ
कलकत्ता रह रहा सीगा किसी मुंडे नाल, एक पूरा सोसाइटी है उत्थे रह रहे सीगे, लेकिन 6 तारीख की तुसी गल कीती है उत्थों भी एक क्ल्यू जिहड़ा है एक लीड जरूर पुलिस नूं मिली सी, एसटीएफ पुलिस नूं मिली सी, जिहदे करके एक जॉइंट ऑपरेशन जिहड़ा है रोहित वह लाया गया। तो अज एक वड्डी कामयाबी असी कह सकते रोहित जिहदे विच अज जयपाल भुल्लर जिहड़ा ए कैटेगरी का गैंगस्टर है ते नाल दे नाल जसप्रीत जस्सी देरा खरड़ दा रहण वाला है, मोहाली जिले के खरड़ दा रहण वाला है, कबूतरबाजी दे वी उहदे ते कई परचे दर्ज ने, सोहाणा पुलिस स्टेशन च वी दर्ज ने। जनवरी च एक परचा दर्ज होया सीगा जसप्रीत जस्सी दे अगेंस्ट जिहदे विच एक क्लाइंट नूं डरा धमका के उस तो 30 लाख रुपए की डिमांड की थी, भी सोहाणा पुलिस स्टेशन में मामला दर्ज होया सीगा। थोड़े दिन पहला उसकी वाइफ नू अरेस्ट किया पुलिस ने, तो वाइफ तो भी कई जिहड़े क्ल्यूज ने रोहित वो जिहड़े हैगे पुलिस नू मिले सीगे। लेकिन साफ तौर पर जयपाल भुल्लर दे एक बार राठी जिक्र कर देने गे, विजय तुसी लगातार न्यूज़ नू कवर करते रहे होंगे, तुहानू इस दे बारे अहम जानकारी होएगी कि जिहड़ी पंजाब दे विच गैंगवॉर की शुरुआत जी असी गल कर लिए, पंजाब दे विच गैंगवॉर की शुरुआत हुंदी है डिंपी चंदपान दे कतल दे नाल, जदों चंडीगढ़ दे लेक क्लब दे विच तुसी लगातार क्राइम नू कवर करदे आ रहे, लेक क्लब दे विच एक व्यक्ति का एनकाउंटर किया जाता है डिंपी चंदपान जिहड़े उस समय के गैंगस्टर सी और इल्जाम लगते हैं रॉकी फाजिलका ते, रॉकी फाजिलका नू हिमाचल दे विच जयपाल भुल्लर कतल कर देगा, उसदे गोलियां मार देगा, जिस दे विच डिंपी तो बाद जिहड़ी असीं गल करदे रॉकी फाजिलका की मौत हो जाती है, और उसकी मौत का बदला कहा जाता है कि डिंपी चंदपान की मौत का बदला लिया गया और जयपाल भुल्लर वो पूरी चीज़ को कबूलद, तो उस तो बाद जयपाल भुल्लर चर्चा के आता, खास तौर पर सुखा कालमा की जो गल चलती है, जो सुखा कालमा एक अपनी पेशी भुगत के पुलिस की गड्डिया च वापस आ रहा है, तो कपूरथला के कोले एरिए पुलिस की गड्डी रोक के एनकाउंटर किया जाता है, पुलिस दड्डिया रोक के उन्होंने गोलियां चलाई जाने, उस जयपाल भुल्लर का नाम साफ तौर पर असी कह सकते हैं कि एक वड्डा गैंगस्टर जिहड़े ने गैंगस्टर के गैंगवॉर के हिस्सा लिया सी, पंजाब का ए क्लास का गैंगस्टर है जिहड़ा उसके वल्लों जिहड़ा हुण ओको यूनिट वल्लों और कोलकाता एसटीएफ वल्लों एनकाउंटर कर दिया गया। राठी जी कोई तुहानूं होर घटना याद होवे जां पुरानी घटना बारे तुसीं कुछ दस सको तां। देखो जयपाल भुल्लर दी आपां गल करिए क्योंकि लगातार विजय भी कवर करते रहे हैं, लेकिन इहदे विच इक गल होर है जयपाल भुल्लर दी आपां विक्की गोंडर दी असीं याद करिए राजस्थान च एनकाउंटर होया सीगा, जयपाल जिहड़ा भुल्लर है वह ए कैटेगरी का गैंगस्टर है, मोस्ट वॉन्टिड है, तो 10 लाख का जिहड़ा इहदे ते इनाम भी रख्या होया सीगा, क्योंकि इहदे विच कई सवाल खड़ते हैं कि जिहड़ा जगराऊ मर्डर होया, जिहड़े दो पुलिस मुलाजिम का मर्डर होया जिथों जिन्हां नूं गोलियां मार के उत्थे मर्डर कर दिता गया, उस तो बाद फरार हो गए, वह ट्रक च की सीगा, उहदे विच किस तरह का लिंक सीगा, इस कई चीज़ा इहदे विच हुण इनवैसटीगेशन का मैटर है। लेकिन जयपाल भुल्लर की तुसीं गल कीती है, जिहड़े होर डिंपी की तुसीं गल कीती है, होर ए क्लास के गैंगस्टरां की गल कीती है, पंजाब हरियाणा यूपी राजस्थान कई वड्डे शहरां च जिहड़ा जयपाल भुल्लर है वह वॉन्टिड रहा है और कई जिहड़ी वारदातां नूं उन्हें अंजाम दिता है। रोहित जे आपां गल करिए ओकू दी टीम जिहड़ी ऑर्गनाइज क्राइम कंट्रोल यूनिट है पंजाब दी, एक कह सकते हैं कि पंजाब पुलिस का हुण 6:30 बजे DGP वल्लों प्रेस कॉन्फ्रेंस भी की जा रही है इस पूरे मामले च, क्योंकि एक वड्डी सफलता असीं कह सकते हैं DGP पंजाब दिनकर गुप्ता वल्लों 6:30 बजे प्रेस कॉन्फ्रेंस चंडीगढ़ के पुलिस हैडक्वार्टर च की जाऊगी, तो एक वड्डी जिहड़ी कामयाबी है उसके बारे पूरा ब्रीफ किया जाऊगा। दूजे पास एक अहम जानकारी दे देना कि जिथे पंजाब पुलिस वल्लों प्रेस कॉन्फ्रेंस की जा रही है 6:30 बजे उत्थे ही कोलकाता की पुलिस वल्लों भी ऐलान कर दिया गया कि हुण तो थोड़ी देर बाद पूरी घटना को ब्रीफ किया जाएगा और कोलकाता पुलिस वल्लों भी अपने लैवल से एक प्रेस कॉन्फ्रेंस कोलकाता दे विच रखी जा रही है। देखो रोहित सब तो वड्डी गल है कि जिहड़ी एसटीएफ है कलकत्ता दी जिहड़ी वेस्ट बंगाल दी एसटीएफ दी टीम है उहदे विच कई वड्डे खुलासे उन्होंने किए सीगे, क्योंकि वेस्ट बंगाल दी टीम नू जिहड़ा जॉइंट ऑपरेशन जिहड़ा होया उहदे विच जिहड़ी ओकू दी टीम है पंजाब पुलिस दी जिहड़ी टीम है उन्हां वल्लों कई क्ल्यूज जिहड़े है कई लीड पुलिस नू दित्ते सीगे, जिहदे विच 6 तारीख नू जिहड़ा तुसीं जिक्र कीता है कि वैपन दे नाल बंदे भी अरेस्ट कीते सीगे उहदे विच जयपाल भुल्लर दा बहुत वड्डा रोल सीगा, क्योंकि इन्हां दा जिहड़ा नैक्सिस है इन्हां दा जिहड़ा नैटवर्क है रोहित इह बहुत वड्डा नैटवर्क है, असीं कह सकदे हां कि बहुत ज़्यादा जे आपां गल करिए जिदा आपां पहला भी कहा कि राजस्थान यूपी पंजाब बिहार, क्योंकि यूपी दे सब तो वड्डा नां यूपी तो आ रहा सीगा कि जिहड़े वैपन सप्लाई हो रहे सीगे जिहड़े गैंगस्टरां नूं वैपन सप्लाई हुंदे आ, क्योंकि जयपाल भुल्लर दा जिहड़ा हुण तक दा नैटवर्क सामने आया है कि वह जिहड़े वैपन है वह सप्लाई करदा सीगा, जिहड़ा नशा है नशा तस्करी नूं लैके भी एक बहुत वड्डा नैटवर्क जिहड़ा है इस एक गैंगस्टरां दा रहा है, तो सब तो वड्डी गल है कि यह पूरा जॉइंट ऑपरेशन जिहड़ा होया है उहदे विच सब तो वड्डा जिहड़ा ए क्लास दा जिहड़ा गैंगस्टर है जयपाल भुल्लर एक बहुत अहम प्ले इंपोर्टेंट जिहड़ा रोल है वह प्ले करदा सीगा, एक वड्डी कामयाबी असीं कह सकदे हां क्योंकि कलकत्ता पुलिस ते मनोज रोहित तुसीं बने रहना, असीं कुछ होर अपडेट्स भी लैण दी कोशिश करदे हां। जसवीर बराड़ साडे सहयोगी लुधियाणा तों उह वी जुड़े होए आ, जसवीर कोई होर अपडेट मिल पाई है लुधियाणा दे एंगल तों? अगर मैं गल करां बलजिंदर सिंह या दर्शन सिंह जिन्हां नूं पहला गिरफ्तार किया गया सी, कि पुलिस ने उन्हां बारे कुछ दस्या होवे भी उन्हां ने खुलासा किया
कि पुलिस उन्हां दे खुलासे तो बाद पहुंची या किस तरीके नाल इस पूरे ऑपरेशन नूं पुलिस ने अंजाम दिता है, कुछ होर अपडेट मिल पाई होवे? क्योंकि लगातार जिन्ने भी जिहड़े आरोपी बिल्कुल विजय सारियां तो ही जिहड़ी पुछगिछ की जा रही थी, नाल दी नाल जिहड़ी ओको टीम है उहदे वल्लों पिछले जदों यह घटना हुई सी जगराऊं दे विच दो पुलिस मुलाजमान की हत्या की सी, जय भुल्लर का नाम सब तो उपर आया सीगा, ते उस तो बाद ही जिहड़ी है सर्च अभियान जिहड़ा इन्हां दा चल रहा सीगा, लगातार छापेमारी की जा रही सी, कि दिल्ली राजस्थान यूपी मध्य प्रदेश तो दो जिहड़े गैंगस्टर सी बब्बी ते दर्शन सिंह उन्हां नूं गिरफ्तार किया गया, नाल इन्हां दी पनाह देने वालों नूं भी जिहड़ा गिरफ्तार किया गया सीगा, नाल ही जिहड़ी पुछगिछ भी जिहड़ी जा रही सी ओकू टीम दी जिहड़ी टीम सी उन्हां वल्लों भी लगातार जदों सोर्सां तो जिहड़े उन्हां दे सूत्र सी उह पल पल दी जिहड़ी जानकारी दे रहे सीगे कि जयपाल भुल्लर जिहड़ा इस जगह ते हो सकदा, कुछ दिन पहलां ही जिहड़ी ओकू दी टीम नूं जिहड़ी जानकारी मिली सी कि जयपाल भुल्लर ते जिहड़ा उहदा साथी है जसप्रीत खरड़ उह वैसट बंगाल दे विच जाके लुके हुए ने, पहला इन्होंने यह भी दस्या जा रहा कि पहला यह होटल दे विच सी, उस तो बाद इन्होंने कुछ दिनों बाद जिहड़ा है एक फ्लैट जिहड़ा है जी किराए ते लै लिया, पर उस तो बाद जदों पुलिस नूं जानकारी मिली वैसट बंगाल की एसटीएफ टीम ने ते जिहड़ा ओकू टीम सीगी इन्होंने तस्वीर मैं थोड़े तो अपडेट लैंदा रहूंगा, तुसीं बने रहो साडे नाल, असीं कुछ तस्वीरां दर्शकां नूं दिखा रहे हां, ये उस वेले दीआं तस्वीरां ने उस पॉश सोसायटी दीआं जो शकरपुर सोसायटी दसी जा रही है, एक पॉश सोसायटी है नज़र आ रहा है, इस सोसायटी की वीडियो नूं देख के एक पुलिस मुलाजम उस दे विच भजदा नज़र आ रहा है, पुलिस की गड्डियां की मूवमेंट नज़र आ रही है, तो ये किसी व्यक्ति वालों जो उस सोसायटी लोग रहिंदे ने एक फ्लैट के किसी व्यक्ति वालों ये वीडियो बनाई गई है, उस वीडियो के नज़र आ रहा जो पुलिस ने उस ऑपरेशन नूं अंजाम दिता सी, उस मौके दीआं ये तस्वीर ने एक्सक्लूसिव तस्वीर असं न्यूज़ 18 पंजाब हरियाणा हिमाचल से दर्शकों दिखा रहे हैं, जो कुछ समा पहला मोबाइल से मेरे सहयोगी रोहित बंसल दिखा रहे थे तस्वीर, पुलिस कर्मचारी नज़र आ रहे हैं, एक व्यक्ति फड़ के लिया जा रहा है, पहला पुलिस ने जिस तरीके दसिया कि एक जड़ा एसटीएफ का इंस्पैक्टर है वह जख्मी होया इस एनकाउंटर के पुलिस के उपर भी फायरिंग की गई है इन्होंने गैंगस्टर वालों, और एक पुलिस इंस्पैक्टर जख्मी होया उसू फड़ के लिया जा रहा है, ये तस्वीर के नज़र आ रहा है, जिहड़े दो गैंगस्टर ने जयपाल भुल्लर ते जसप्रीत जस्सी जिसनों जस्सी खरड़ नाम दे नाल अपने लिखता सी खरड़ का रहन वाला सी, उन्हां नू दोनां नू एनकाउंटर दे विच टेर कर दिता गया, एक्सक्लूसिव तस्वीर ने उस मौके दियाँ उस सोसायटी दियाँ उस पौश इलाके दियाँ, कोलकाता का यह पौश इलाका है जिथे दोनों गैंगस्टर पुलिस तो बच के रह रहे सी, 6 जून नू दो हथियार समेत पुलिस ने व्यक्ति फड़े, दो मुजरम फड़े, उन्हां तो जो अगे पुछगिछ हुई उन्हां तों ये खुलासा होया, जिस तो बाद पुलिस नूं पता लग्या कि दो होर गैंगस्टर इस इलाके दे विच छुपे हुए ने, उस तो बाद पुलिस ने बंगाल एसटीएफ दे नाल मिल के जिहड़ी ऑर्गेनाइज्ड क्राइम कंट्रोल यूनिट है पंजाब दी उस वल्लों इस ऑपरेशन नूं अंजाम दिता गया, जे आवाज़ सुनन की कोशिश करिए तां इस दे विच गोली की आवाज़ भी सुनाई दे रही है इस वीडियो दे विच, तो गोलियां की आवाज़ भी साफ तौर पर इस वीडियो दे विच सुनी जा सकती है, उस मौके का वीडियो है जिस वेले ऑपरेशन चल रहा सी, करीब 3:30 बजे का समा सी जदों पुलिस ने इस ऑपरेशन नूं अंजाम दिता है, उस तो बाद 4:30 बजे तक ये खबर निकल के बाहर आ गई न्यूज़ 18 पंजाब हरियाणा हिमाचल से, सब तो पहला ये खबर असी ब्रेक की, सब तो पहला ये दर्शकों तक जानकारी पहुँचाई कि दो गैंगस्टर उन्हों का एनकाउंटर कर दिता गया है, 3:30 बजे एनकाउंटर शुरू होया सी, 4:30 बजे ये खबर न्यूज़ 18 पंजाब हरियाणा हिमाचल से असी ब्रेकिंग न्यूज़ फ्लैश कर दिती सी, 4:30 बजे ये खबर असी दर्शकों तक सब तो पहला पहुँचाई सी कि दो गैंगस्टर जिहड़े मोस्ट वॉन्टेड गैंगस्टर जिन्होंने पिछले दिन ही दो थानेदारों का कतल किया पंजाब दे विच उन्हां दा एनकाउंटर कर दिता गया है, उस तो बाद ये असी एक्सकलूसिव तस्वीर दिखा रहे हाँ जिन्हां गैंगस्टरां दा एनकाउंटर होया उन्हां दीआं एक्सकलूसिव तस्वीर, उस तो बाद एक्सकलूसिव वीडियो सामने आई है, थोड़ी देर दे विच पंजाब दे डीजीपी दिनकर गुप्ता प्रेस कॉन्फ्रेंस करके ये सारी जानकारी देणगे,
न्यूज़ 18 पंजाब हरियाणा हिमाचल से सब तो पहला असी ये खबर दी कि दो गैंगस्टर जिहड़े मोस्ट वॉन्टेड गैंगस्टर ने जिन्हां नूं पंजाब पुलिस लगातार लभ रही सी उन्हां दा ओकू टीम ते एसटीएफ ने मिल के अज एनकाउंटर कर दिता है। 3:30 बजे कोलकाता दी ये पॉश सोसाइटी है, उस सोसाइटी का यह वीडियो है जिस वीडियो दे विच गोलियां दी आवाज़ भी साफ सुनी जा सकती है। एक व्यक्ति नूं फड़ के लिया गया है, समझा जा रहा है कि वही इंस्पैक्टर है एसटीएफ का जिसनों गोली लगी है, क्योंकि बंगाल एसटीएफ नूं नाल लैके ओकू टीम वालों ये ऑपरेशन सिरे चढ़ाया गया। दो गैंगस्टर जिन्होंने 15 मई नूं पंजाब दे विच जगराओं दे विच दो पुलिस दे थानेदारां दा कतल कीता सी, उन्हां ते गोलियां चलाईयां सी, दविंदरपाल सिंह और भगवान सिंह दो ASI सी जिहड़े पंजाब पुलिस दे, दोनों की मौत हो गई सी इस गोलीबारी दे विच और उस तो बाद गैंगस्टर लगातार फरार चल रहे सी। फिर पुलिस ने वख-वख स्टेटां दे विच छापे मारने शुरू किए। ग्वालियर दे विचों उन्होंने पहला दो गैंगस्टर बलजिंदर सिंह ते दर्शन सिंह नूं गिरफ्तार किया, उस तो बाद जिहड़े इन्हां दी पैड़ नप्पी जा रही सी और अज इन्हां दोनों नूं भी ढेर कर दिता। एक लंबी चौड़ी गैंगस्टर्स की लिस्ट है पंजाब दे विच, जिवें रोहित बंसल साडे सहयोगी थोड़ी देर पहला जिक्र कर रहे सी कि डिंपी चंदपान का पूरा नाम प्रभजिंदर सिंह डिंपी चंदपान सी। प्रभजिंदर सिंह डिंपी चंदपान नूं जदों चंडीगढ़ के लेक क्लब दे विच गोलियां मारियां गईयां सी उस वेले जिक्र होया सी कि रॉकी फाजिलका का उसके पिछे हथ सी। हालांकि ये केस चलता रहा, रॉकी फाजिलका दे नाम की चर्चा होंदी रही। इसे विच एक होर नाम निकल के सामने आया शेरा खुब्बन का, शेरा खुब्बन जिसका बठिंडा शहर के एनकाउंटर पुलिस ने किया उस वेले AIG कुलदीप सिंह चहल जिहड़े अजकल चंडीगढ़ के SSP है उन्हां वल्लों इस एनकाउंटर नूं अंजाम दिता गया सी। वह बठिंडा AIG सी उस वेले और उस वेले शेरा खुब्बन के जिहड़े लैफ्ट राइट हैंड सी उहदे च दो नाम सी विक्की गौंडर और सुखा कालवा। जदों शेरा खुब्बन का एनकाउंटर होया उस तो बाद विक्की गौंडर ते सुखा कालवा ने आपो अपने गैंग चलाने शुरू कर दिते, दोनों दे विच काफ़ी टसलबाजी भी रही। उस तो बाद विक्की गौंडर ने अपने साथियों नाल एक पेशी ते जांदे होए सुखा कालवा का कतल कर दिता। उदों पंजाब दे विच गैंग वॉर जिहड़ी सी ओह ज़्यादा चर्चा दे विच आई और उस तो बाद फिर पुलिस नूं भी एक्शन दे विच पुलिस आई और एक तो बाद एक फिर इन्हां गैंगस्टर नूं पुलिस ने गिरफ़्तार करना शुरू कर दिता और कईयां दे एनकाउंटर होए। विक्की गौंडर का एनकाउंटर उसके विचों बेहद महत्वपूर्ण है। 26 जनवरी नूं विक्की गौंडर का 26 जनवरी 2017 नूं राजस्थान दे विच विक्की गौंडर ते प्रेमा लाहौरिया दो जिहड़े गैंगस्टर सी इन्हां दोनों का एनकाउंटर इसे ओकू टीम वल्लों कीता गया सी जिस ओकू टीम ने अज इस ऑपरेशन नूं अंजाम दिता है। सो एक लंबी चौड़ी गैंगस्टर की गैंग वॉर की लिस्ट है पंजाब दे विच। एक बहुत वड्डे जिहड़ा है वड्डे पद्धर ते ये जिहड़ा गैंगस्टर कल्चर है पंजाब दे विच वधदा फुलदा जा रहा सी। कैप्टन अमरिंदर सिंह जदों सत्ता दे विच आए सी तां उन्हां ते बड़े सारे सवाल सी, बड़ियां सारियां चुनौतियां सी, तां उस वेले कैप्टन अमरिंदर सिंह ने कहा कि असी इस गैंग वॉर नूं या इस गैंगस्टर कल्चर नूं पंजाब दे विचों जड़ों खत्म कर देवांगे। सो उस तो बाद हुण जदों पुलिस दे दो ASI उन्हां ते अटैक होया तां वड्डे सवाल उठे और उन्हां तो बाद हुण पुलिस दे सामने ये चुनौती भी सी कि उन्हां गैंगस्टरां ने पुलिस नूं सीधा सीधा चैलेंज कर दिता और पुलिस ते सवाल ये भी सी कि पुलिस आम लोगों की सुरक्षा करेगी जे वो अपने पुलिसकर्मियों नूं नहीं बचा सकी। तो उस तो बाद हुण पुलिस ने इस चुनौती नूं देखते हुए लगातार इन्हां दी पैड़ नप्पी जा रही सी। पहला दो गैंगस्टर ग्वालियर तो अरैसट किए और उस तो बाद दो दा अज एनकाउंटर कर दिता गया। मेरे सहयोगी वख-वख थावां तो जुड़े हुए ने अपडेट दे लई, एक बार फिर रोहित और मनोज राठी दे कोल चलदे आ। कुछ होर अपडेट रोहित आई होवे निकल के? वीडियो असीं लगातार दिखा रहे हैं, एक्सक्लूसिव वीडियो तस्वीरां न्यूज़ 18 पंजाब ते उस वेले दियां। जी 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 रोहित। हाँ जी बिल्कुल विजय, इस वक्त जिहड़ी इह तस्वीर तुहानूं मैं दिखा रहा हैगा, जिहड़ी तस्वीर तुसीं इस वक्त देख पा रहे हो तुहानूं इस दे विच कुछ हथियार नज़र आ रहे होणगे। जिहड़े इह हथियार है इह कलकत्ता पुलिस वल्लों 6 जून 2021 नूं फड़े गए सी। दो व्यक्ति जिहड़े बिहार के एरिए तो हथियार लिया रहे सीगे, यही वो हथियारों की फोटो एक्सक्लूसिव फोटो केबल दे केबल न्यूज़ 18 पंजाब ते तुहानूं दिखा रहे हैं। यही वो जिहड़ी फोटो सीगी, यही फोटो दे विच जिहड़े हथियार नज़र आ रहे ने, ये बिहार तो जिहड़े व्यक्ति आ रहे सीगे उन्हां तो ये हथियार जब्त किए गए सीगे और उन्हां तो पुछगिछ की जाती है। उन्हां तो जो पुछगिछ की गई तो उन्हां कोल हथियार बरामद हुंदे आ और उसे पुछगिछ तो एक जिहड़ा क्ल्यू हैगा वो पुलिस नूं मिलदा है कि जिहड़ी सोसायटी का असी जिक्र कर रहे हैं, बार बार जिस सोसायटी का कंपलैक्स का असी जिक्र कर रहे हैं कि उत्थे कुछ बंदे लुके हुए ने और उन्हां कोल ये हथियार
सप्लाई किए जा रहे हैं। लग रहा है कि एक वड्डी वारदात को शायद अंजाम दिता जा सकता है जे ये हथियार जयपाल भुल्लर जां उसके दोस्त जसप्रीत जस्सी को पहुँच जाते। इस वक्त मेरे नाल मनोज राठी भी जुड़े हुए हैं। राठी जी, पिछले दिनों के देखा गया कि जसप्रीत की पत्नी और एक होर मुजरम की पत्नी अरैसट किया गया, उन्होंने पुछगिछ की गई कि लगता है कि वह भी कोई सहाई होया और की उसकी जाँच के सामने आएगा। देखो रोहित, जिहड़े दो गैंगस्टर ने दर्शन सिंह उन्हां दी वाइफ नूं अरैसट कीता सीगा, कई क्लूज जिहड़े है उन्हां कोलों मिले सीगे। दूजे पासे जिहड़ा खरड़ दा जसप्रीत जस्सी है जिहड़ा गैंगस्टर है उसदी भी वाइफ नूं अरैसट कीता सीगा सोहाड़ा पुलिस ने, ते कई जिहड़े क्लूज ने ओह मिले सीगे पुलिस नूं क्योंकि छुप छुप के जिहड़ा ओह अपनी वाइफ नूं मिलदा सीगा जसप्रीत जस्सी, ते पुलिस नूं उहदे विच भी कई क्लूज जिहड़े है ओह मिले सीगे। लेकिन हुण तक दी जिहड़ी इनफॉर्मेशन रोहित आ रही है कि जिहड़ा ये जॉइंट ऑपरेशन होया है इहदे विच वैस्ट बंगाल दे जिहड़ी एसटीएफ दी टीम है उहदा एक जवान भी काफ़ी सीरियस इंजर्ड होया है। एक जवान इंजर्ड होया, इस दे विच जानकारी दी जा चुकी एक जवान इंजर्ड, और जिहड़ी वीडियो साडे कोल आई उस दे विच भी साफ दिखाई दे रहा है कि एक जवान नूं वीडियो दे विच किस तरह गड्डी च बिठाया जा रहा है। एक इहदे विच जिद्दां तुसीं जिक्र कर रहे हो जिहड़ी 6 तरीक नूं वैपन दे नाल दो जिहड़े परसन ने उन्होंने अरैसट किया सीगा उहदा सीधा सीधा संबंध जिहड़ा है। इस वक्त जिहड़ी अहम अपडेट आ रही है कि जिहड़ी कोलकाता दे विच सीआईडी दी टीम है वह पहुँच चुकी है एनकाउंटर वाली जगह, तो इस वक्त की अहम अपडेट असी देना चाहेंगे कि जिहड़ी सीआईडी दी टीम हैगी वह जिहड़ी इन्वेस्टिगेशन करन दे लई उस जगह पर पहुँच चुकी है। इस वक्त की सब तो अहम अपडेट कोलकाता दे जिस जगह पर एनकाउंटर होएगा उस जगह पर सीआईडी दी टीम है जिहड़ी वह पहुँच चुकी है। राठी, मैं दोबारा कंटिन्यू करना चाहूँगा और इसकी जानकारी भी लेना चाहूँगा कि सीआईडी दी टीम का की काम उत्थे रहने वाला इन्हां नाल। देखो रोहित, एक वड्डी अपडेट तुहानूं दे दईए कि जिद्दां तुसीं दस्सिया सीआईडी टीम के नाल नाल जिहड़ी फोरेंसिक दी टीम है ਉਹ ਉੱਥੇ ਪਹੁੰਚ ਚੁੱਕੀ ਹੈ। ਫੋਰੈਂਸਿਕ ਦੇ ਸੀਆਈਡੀ ਦੀ ਜਿਹੜੀ ਟੀਮ ਦਾ ਕੰਮ ਹੁੰਦਾ ਹੈ ਕਿ ਪੂਰਾ ਜਿਹੜਾ ਏਰੀਆ ਸੀਲ ਕਰਨ ਤੋਂ ਬਾਅਦ, ਕਿਉਂਕਿ ਜਿਹੜੀ ਤਸਵੀਰਾਂ ਸਾਡੇ ਕੋਲ ਪਹੁੰਚੀ ਹੈ ਜਿਹੜੀ ਨਿਊਜ਼ 18 ਕੋਲ ਐਕਸਕਲੂਸਿਵ ਚੱਲ ਰਹੀ ਹੈ, ਉਹ ਪੂਰਾ ਇੱਕ ਫਲੈਟ ਹੈ, ਸੈਕਿੰਡ ਫਲੋਰ 'ਤੇ ਰਹਿ ਰਹੇ ਸੀਗੇ ਅਤੇ ਇੱਕ ਪੂਰਾ ਫਲੈਟ ਇਹਨਾਂ ਨੇ ਲਿੱਤਾ ਹੋਇਆ ਸੀਗਾ ਰੈਂਟ 'ਤੇ। ਜਿਨ੍ਹਾਂ ਨੇ ਇਹਨਾਂ ਨੂੰ ਫਲੈਟ ਮੁਹੱਈਆ ਕਰਾਇਆ, ਪੂਰੀ ਪ੍ਰੋਵਾਈਡ ਜਿਹੜੀ ਫੈਸਿਲਿਟੀਜ਼ ਕਰਾਈ ਹੈ, ਉਹਨਾਂ ਵੱਲੋਂ ਲਗਾਤਾਰ ਪੁੱਛਗਿੱਛ ਕੀਤੀ ਜਾ ਰਹੀ ਹੈ। ਜਿਹੜੀ ਸੀਆਈਡੀ ਟੀਮ ਦਾ ਜਿਹੜਾ ਹੁਣ ਟਾਈਮ ਵਰਕ ਹੈ ਉਹ ਇਹ ਹੈਗਾ ਕਿ ਕਿੰਨੇ ਦਿਨਾਂ ਤੋਂ ਇਹ ਰੈਂਟ ਤੋਂ ਲਿੱਤਾ ਸੀਗਾ, ਕਿਹਦੇ ਨਾਂ 'ਤੇ ਇਹ ਰੈਂਟ ਐਗਰੀਮੈਂਟ ਬਣਿਆ। ਹੁਣ ਇਹ ਸਭ ਤੋਂ ਅਹਿਮ ਹੋ ਜਾਂਦਾ ਹੈ ਕਿਉਂਕਿ ਜਿਹੜੇ ਗੈਂਗਸਟਰ ਇੱਥੇ ਪੂਰੀ ਵਾਰਦਾਤ ਨੂੰ ਪੰਜਾਬ ਵਿੱਚ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਉੱਥੇ ਜਾ ਕੇ ਲੁਕੇ ਹੋਏ ਸੀਗੇ ਉਸ ਫਲੈਟ 'ਚ। ਸਭ ਤੋਂ ਵੱਡੀ ਗੱਲ ਹੈ ਕਿ ਰੈਂਟ 'ਚ ਕਿੰਨੇ ਲਿੱਤਾ ਹੋਇਆ ਸੀਗਾ, ਕਿਹੜਾ ਕਿਰਾਏਦਾਰ ਸੀਗਾ, ਪਹਿਲਾਂ ਉਹਦੀ ਲਗਾਤਾਰ ਉਸਦੀ ਪੂਰੀ ਜਿਹੜੀ ਹੈਗੀ ਉਹ ਕੀਤੀ ਜਾਊਗੀ, ਪੂਰੀ ਇਨਵੈਸਟੀਗੇਸ਼ਨ ਕੀਤੀ ਜਾਊਗੀ। ਦੂਜੀ ਗੱਲ ਜਿਹੜੀ ਤੁਸੀਂ ਗੱਲ ਕੀਤੀ ਹੈ ਕਿ ਸੀਆਈਡੀ ਦਾ ਜਿਹੜੀ ਫੋਰੈਂਸਿਕ ਟੀਮ ਹੈ ਉਹ ਉੱਥੇ ਪਹੁੰਚ ਕੇ ਪੂਰਾ ਉਹਨਾਂ ਦਾ ਜਿਹੜਾ ਰੂਮ ਹੈ ਉਹ ਸੀਲ ਕਰਨ ਤੋਂ ਬਾਅਦ ਇੱਕ ਇੱਕ ਚੀਜ਼, ਇੱਕ ਇੱਕ ਉਹਨਾਂ ਦਾ ਜਿਹੜਾ ਬੈਗ ਹੈ, ਕਿਉਂਕਿ ਇਹਦੇ ਵਿੱਚ ਇੱਕ ਗੱਲ ਹੋਰ ਸਾਹਮਣੇ ਆ ਰਹੀ ਹੈ ਕਿ ਜਿਹੜੇ ਵੈਪਨ ਦੀ ਤੁਸੀਂ ਗੱਲ ਕੀਤੀ ਹੈ ਉਹਦੇ ਵਿੱਚ ਕਈ ਕਲਿਊ ਜਿਹੜੇ ਹੈ ਉਹ ਪੁਲਿਸ ਨੂੰ ਮਿਲੇ ਸੀਗੇ। ਜੈਪਾਲ ਭੁੱਲਰ ਦੇ ਨਾਲ ਇਹ ਸਾਰੀ ਚੀਜ਼ਾਂ ਜੁੜੀ ਹੋਈ ਹੈ, ਜੈਪਾਲ ਭੁੱਲਰ ਅਤੇ ਜਸਪ੍ਰੀਤ ਜਿਹੜਾ ਜੱਸੀ ਹੈ ਉਹਦੇ ਨਾਲ ਸਾਰੀ ਚੀਜ਼ਾਂ ਜੁੜੀ ਹੋਈ ਹੈ, ਕਿਉਂਕਿ ਇਹ ਸਾਰਾ ਵੱਡੀ ਵਾਰਦਾਤ ਨੂੰ ਹੋਰ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਦੀ ਫਿਰਾਕ 'ਚ ਸੀਗੇ। ਇਹ ਪੂਰਾ ਨੈਕਸਸ ਹੈ ਰੋਹਿਤ, ਇਹ ਸਮਝਣ ਦੀ ਲੋੜ ਹੈ ਕਿ ਇਹ ਪੂਰਾ ਨੈਕਸਸ ਹੈ ਜਿਹੜਾ ਵੈਪਨ ਇੱਥੋਂ ਪੂਰਾ ਇਹ ਪ੍ਰੋਵਾਈਡ ਕੀਤਾ ਜਾਂਦਾ, ਪੰਜਾਬ 'ਚ ਕਿਸ ਤਰ੍ਹਾਂ ਵੈਪਨ ਪਹੁੰਚ ਰਿਹਾ, ਯੂਪੀ ਤੋਂ, ਬਿਹਾਰ ਤੋਂ। ਜਿੱਦਾਂ ਤੁਸੀਂ ਦੱਸਿਆ ਕਿ ਐਸਟੀਐਫ ਨੂੰ ਇੱਕ ਬਹੁਤ ਵੱਡੀ ਲੀਡ ਸੀਗੀ ਜਿਹਦੇ ਵਿੱਚ ਜੈਪਾਲ ਭੁੱਲਰ ਅਤੇ ਜਸਪ੍ਰੀਤ ਜੱਸੀ ਉੱਥੇ ਰਹਿ ਕੇ ਕੈਲਕਟਾ 'ਚ ਰਹਿ ਕੇ ਇਹ ਸਾਰਾ ਨੈਕਸਸ ਕਿਸ ਤਰ੍ਹਾਂ ਓਪਰੇਟ ਕਰ ਰਹੇ ਸੀ। ਦੂਜਾ ਇਹਨਾਂ ਦਾ ਹੁਣ ਵਾਰਦਾਤ ਨੂੰ ਅੰਜਾਮ ਦੇਣੀ ਸੀਗੀ, ਪੂਰਾ ਵੈਪਨ ਜਿਹੜੇ ਬਰਾਮਦ ਹੋਏ ਹੈ, ਜਿਹੜੇ ਦੋ ਪਰਸਨ ਅਰੈਸਟ ਕੀਤੇ ਉਹਨਾਂ ਵਿੱਚ ਵੀ ਜਿਹੜੇ ਅਰੈਸਟ ਕੀਤੇ ਸੀਗੇ ਉਹਨਾਂ ਕੋਲੋਂ ਵੀ ਇੱਕ ਵੱਡਾ ਕਲਿਊ, ਇੱਕ ਵੱਡੀ ਲੀਡ ਜਿਹੜੀ ਹੈ ਉਹ ਪੁਲਿਸ ਨੂੰ ਮਿਲੀ ਸੀ। ਲੇਕਿਨ ਜਦ ਤੋਂ ਇਹ ਜਿਹੜੇ ਦੋ ਗੈਂਗਸਟਰ ਫੜੇ ਸੀਗੇ ਗਵਾਲੀਅਰ ਤੋਂ, ਦਰਸ਼ਨ ਅਤੇ ਬਲਜਿੰਦਰ, ਇਹਨਾਂ ਕੋਲੋਂ ਲਗਾਤਾਰ ਪੁੱਛਗਿੱਛ ਵਿੱਚ ਇੱਕ ਗੱਲ ਸਾਹਮਣੇ ਆਈ ਸੀਗੀ ਕਿ ਵੈਪਨ ਇਹਨਾਂ ਨੇ ਕਿੱਥੋਂ ਸਾਰੇ ਰਿਕਵਰ ਕੀਤੇ, ਇਹ ਵੈਪਨ ਕਿੱਥੋਂ ਲੈ ਰਹੇ ਸੀਗੇ। ਹੁਣ ਇਹ ਗੱਲ ਸਾਹਮਣੇ ਆਈ ਸੀਗੀ ਕਿ ਬਿਹਾਰ ਤੋਂ ਅਤੇ ਯੂਪੀ ਤੋਂ ਦੋ ਪਰਸਨ ਦੇ ਨਾਂ ਆਏ ਸੀਗੇ ਕਿ ਇਹ ਜਿਹੜੇ ਹੈਗੇ ਬੰਦੇ ਇਹ ਸਾਰੇ ਵੈਪਨ ਜਿਹੜੇ ਹੈ ਉਹ ਪ੍ਰੋਵਾਈਡ ਕਰਦੇ ਹੈ। ਫਿਰ ਇਹ ਸਲੋਲੀ ਸਾਰੀ ਇਨਵੈਸਟੀਗੇਸ਼ਨ ਸ਼ੁਰੂ ਹੋਈ ਅਤੇ ਕਲਕੱਤਾ ਦਾ ਨਾਂ ਆਇਆ, ਉੱਥੇ ਫਿਰ ਐਸਟੀਐਫ ਦੀ ਟੀਮ ਦੇ ਨਾਲ ਮਿਲ ਕੇ ਰੋਹਿਤ ਇੱਕ ਵੱਡੀ ਕਾਰਵਾਈ ਨੂੰ ਅੰਜਾਮ ਦਿੱਤਾ। ਲੇਕਿਨ ਇਹ ਅੱਜ ਨਹੀਂ ਹੋਇਆ, ਇਹ ਲਗਾਤਾਰ ਜਦ ਤੱਕ ਇਨਵੈਸਟੀਗੇਸ਼ਨ ਚੱਲ ਰਹੀ ਹੈ, ਕਰੀਬ ਇੱਕ ਹਫ਼ਤੇ ਦੀ ਆਪਾਂ ਗੱਲ ਕਰ ਰਹੇ, ਇੱਕ ਹਫ਼ਤੇ ਤੋਂ ਲੈ ਕੇ ਲਗਾਤਾਰ ਜਿਹੜੀ ਰੈਕੀ ਹੈ ਜਿਹੜਾ ਉਹ ਸ਼ੱਕਰਪੁਰ ਜਿਹੜੀ ਸੁਸਾਇਟੀ ਤੁਸੀਂ ਨਾਂ ਲੈ ਰਹੇ ਹੋ ਕੰਪਲੈਕਸ ਜਿਹੜਾ ਹੈ ਉਹਦੇ ਵਿੱਚ ਸੁਸਾਇਟੀ 'ਚ ਪੂਰਾ ਰੈਕੀ ਚੱਲ ਰਹੀ ਸੀ ਕਿ ਇਸ ਫਲੈਟ 'ਚ, ਇਸ ਮਕਾਨ ਨੰਬਰ 'ਚ, ਇਸ ਸੁਸਾਇਟੀ 'ਚ ਇਹ ਬੰਦੇ ਕਿੰਨੇ ਦਿਨਾਂ ਤੋਂ ਰਹਿ ਰਹੇ ਹੈ। ਹੁਣ ਤੱਕ ਦੀ ਇਨਫੋਰਮੇਸ਼ਨ ਜਿਹੜੀ ਸਾਹਮਣੇ ਆ ਰਹੀ ਹੈ ਨਿਊਜ਼ 18 ਕੋਲ, ਇਹ ਜਿਹੜਾ ਜਸਪ੍ਰੀਤ ਜੱਸੀ ਹੈ ਅਤੇ ਦੂਜਾ ਜੈਪਾਲ ਭੁੱਲਰ ਜਿਹੜਾ ਇਹ ਕਲਾਸ ਗੈਂਗਸਟਰ ਹੈਗਾ, ਇਹ ਜ਼ਿਆਦਾ ਦਿਨ ਨਹੀਂ ਹੋਏ ਸੀਗੇ ਇਹਨਾਂ ਨੂੰ ਥੋੜ੍ਹੇ ਦਿਨ ਹੋਏ ਸੀਗੇ ਇੱਥੋਂ ਪਹੁੰਚੇ ਹੋਏ। ਲੇਕਿਨ ਜਿਹੜੇ ਪਰਸਨ ਠੀਕ ਹੈ ਮਨੋਜ, ਮੈਂ ਤੁਸੀਂ ਜੁੜੇ ਰਹਿਣਾ, ਕੋਈ ਹੋਰ ਅਪਡੇਟ ਆਈ ਤਾਂ ਦੁਬਾਰਾ ਫਿਰ ਤੁਹਾਡੇ ਕੋਲੋਂ ਕੋਸ਼ਿਸ਼ ਕਰਾਂਗੇ ਜਾਣਨ ਦੀ। ਕੁਛ ਪ੍ਰਤੀਕਰਮ ਲੈ ਲੈਂਦੇ ਹਾਂ ਕੁਛ।